ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਦੀਦੀ ਦਾ ਕਮੈਂਟ ਆਇਆ ਸੀ ਜਿਹੜੀ ਉਹਨਾਂ ਦੇ ਐ ਇੰਨੇ ਛਾਤੀ ਤੇ ਨਾਭ ਦੇ ਉੱਤੇ ਕਮੈਂਟ ਆਏ ਹੋਏ ਨੇ ਦੀਦੀ ਉਹਨਾਂ ਦੇ ਤੇ ਹੁਣ ਆਪਾਂ 24 ਛਾਤੀ 25 24 ਛਾਤੀ 23 ਛਾਤੀ 22 ਛਾਤੀ 21 ਛਾਤੀ ਅੱਜ ਮੈਂ ਇਹ ਚਾਰ ਨਾਪਾਂ ਦੇ ਉੱਤੇ ਅੱਜ ਮੈਂ ਸਟੀਰ ਆ ਤੇ ਆਰਮਹੋਲ ਦੀ ਕਟਿੰਗ ਦੱਸਣੀ ਹੈ ਤੇ ਮੈਂ ਜਿਹੜੀ ਅਗਲੀ ਵੀਡੀਓ ਬਣਾਉਣੀ ਹੈ ਤੇ ਉਹਦੇ ਵਿੱਚ ਮੈਂ ਸਾਰਾ ਕਟਿੰਗ ਦਾ ਹਿਸਾਬ 11 ਸਟੈਪਾਂ ਦੇ ਵਿੱਚ ਜਿਵੇਂ ਪਲਾਜ਼ੋ ਦੀ ਕਟਿੰਗ ਹੈ ਸਟੈਪਾਂ ਦੇ ਵਿੱਚ ਰਹੀ ਸੀ ਨਾ ਵੀ ਹੁਣ ਏਦਾਂ ਕਰ ਲਓ ਏਦਾਂ ਕਰ ਲਓ ਇਹ ਤੁਸੀਂ ਨਾਲ ਉਹ ਨਾਲ ਮੇਰੇ ਨਾਲ ਸਟੈਪ ਕਾਪੀ ਦੇ ਉੱਤੇ ਲਿਖ ਲੈਣੇ ਆ ਤੇ ਕਦੇ ਵੀ ਤੁਸੀਂ ਕਮੀਜ਼ ਦੀ ਕਟਿੰਗ ਨਹੀਂ ਭੁੱਲੋਗੇ ਤੇ ਇਦਾਂ ਮੈਂ ਸਟੈਪ ਵਾਈਜ਼ ਤੁਹਾਨੂੰ ਕਮੀਜ਼ ਦੀ ਕਟਿੰਗ ਕਰਾਉਂਗੀ ਉਹ ਅਗਲੀ ਵੀਡੀਓ ਚ ਬਣਾਉਂਗੀ ਕਿਉਂਕਿ ਹੁਣ ਮੈਂ ਅੱਜ 4 ਛਾਤੀਆਂ ਦੇ ਨਾਪ ਦੱਸਣੇ ਆ ਤੇ ਕਿੰਨਾ ਤੀਰਾ ਲੈਣਾ ਕਿੰਨਾ ਆਰਮ ਹੋਲ ਲੈਣਾ ਇਸ ਕਰਕੇ ਫਿਰ ਅੱਜ ਲੰਬੀ ਹੋ ਜੂ ਵੀਡੀਓ ਆਪਾਂ ਇਸ ਹਿਸਾਬ ਨਾਲ ਫਿਰ ਦੱਸ ਨਹੀਂ ਸਕਦੇ ਇਹ ਮੈਂ ਇੱਕ ਛਾਤੀ ਦੇ ਨਾਪ ਦੇ ਉੱਤੇ ਸਾਰੀ ਤੁਹਾਨੂੰ ਕਟਿੰਗ ਦੱਸੂਗੀ ਤੁਸੀਂ ਇਦਾਂ ਇਦਾਂ ਕਰਨਾ ਸਭ ਤੋਂ ਪਹਿਲਾਂ ਐਂਚੀ ਟੇਪ ਨਾਲ ਕਮੀਜ਼ ਦੀ ਲੰਬਾਈ ਨਾਪ ਲਵੋ ਇਦਾਂ ਕਰਕੇ ਇਕੱਲਾ ਇਕੱਲਾ ਸਟੈਪ ਮੈਂ ਤੁਹਾਨੂੰ ਲਿਖਵਾਉਂਗੀ ਤੇ ਨਾਲੇ ਕਟਿੰਗ ਕਰਵਾਉਂਗੀ ਠੀਕ ਆ ਅੱਜ ਆਪਾਂ ਨੇ 4 ਛਾਤੀ ਦੇ ਨਾਪ 21 22 23 24 ਤੇ ਚਾਰ ਛਾਤੀ ਦੇ ਨਾਪ ਦੇ ਉੱਤੇ ਆਪਾਂ ਨੇ ਵੀਡੀਓ ਬਣਾਉਣੀ ਆ ਤੀਰ ਆਰਮ ਹੋਲ ਕਟਿੰਗ ਕਰਨੀ ਆ ਤੇ ਹੁਣ ਤੁਸੀਂ ਜਿੰਨੀ ਥੋੜੀ ਤਿਆਰ ਲੰਬਾਈ ਆ ਤੇ ਦੀਦੀ ਨੇ ਮੈਨੂੰ ਲੰਬਾਈ ਵੀ ਦੱਸੀ ਸੀਗੀ ਕਮੀਜ਼ ਦੀ ਲੰਬਾਈ 42 ਇੰਚ ਘੇਰਾ 23 ਇੰਚ ਹਿਪ 25 ਇੰਚ ਠੀਕ ਆ ਤੇ ਇਹ 25 ਇੰਚ ਹੁਣ ਇਹ ਨਾ ਕਿਉਂ ਘੇਰੇ ਦੇ ਨਾਲੋਂ ਹਿਪ ਜ਼ਿਆਦਾ ਵਾ ਠੀਕ ਆ ਆ ਚੀਜ਼ ਚੋ ਜਿਹੜੀ ਆਪਣੀ ਛਾਤੀ ਕਮਰ ਤਾਂ ਘਾਟੀ ਹੁੰਦੀ ਆ ਕਮਰ ਛਾਤੀ ਹੈਪ ਹੇਰਾ ਇਹਨਾਂ ਚੋਂ ਜਿਹੜੀ ਚੀਜ਼ ਆਪਣੀ ਜ਼ਿਆਦਾ ਵਾ ਉਸ ਚੀਜ਼ ਨੂੰ ਹਮੇਸ਼ਾ ਆਪਣੀ ਹੈਪ ਜ਼ਿਆਦਾ ਹੁੰਦੀ ਆ ਇੱਕ ਦੀ ਦਾ ਕਮੈਂਟ ਆਸੀ 21 ਹੈਪਾ 23 ਛਾਤੀ ਆ ਤੇ ਉਹ ਛਾਤੀ ਜ਼ਿਆਦਾ ਵਾ ਤੇ ਹੈਪ ਘਾਟਾ ਕਿਸੇ ਕਿਸੇ ਮਾਪ ਚ ਹੋ ਸਕਦਾ ਵਾ ਇਦਾਂ ਤੇ ਕਈ ਵਾਰ ਛਾਤੀ ਭਰੀ ਹੁੰਦੀ ਆ ਤੇ ਨੀਚੋਂ ਆਪਣਾ ਹੈਪ ਘੱਟ ਹੁੰਦੀ ਆ ਨਹੀਂ ਹਮੇਸ਼ਾ ਹੈਪ ਸਭ ਤੋਂ ਜ਼ਿਆਦਾ ਹੁੰਦੀ ਆ ਜਿਹੜੀ ਚੀਜ਼ ਆਪਣੀ ਜ਼ਿਆਦਾ ਉਹ ਆਪਾਂ ਨੇ ਇਧਰ ਨੂੰ ਚੜਾਈ ਦੇ ਵਿੱਚ ਉਹਦੇ ਵਿੱਚ 3 ਪਲੱਸ ਕਰਨਾ ਆ ਜੇ ਇਹ ਚੀਜ਼ ਆਪਣੀ ਜਿਆਦਾ ਕਿਉਂਕਿ 1.5 ਇੰਚ ਆਪਣੇ ਕੋਲ ਫਿਰ ਕੱਪੜਾ ਸਾਰੇ ਕਸੇ ਲਈ ਬਚ ਜੂਗਾ ਤੇ ਆਪਾਂ ਨੂੰ ਫੋਲਡ ਕਰਨ ਵਾਸਤੇ ਆਪਾਂ ਉਹ ਸਾਵਨਾ ਕਰਨਾ ਮੈਂ ਤੇ ਹੁਣ ਤੁਸੀਂ ਸਭ ਤੋਂ ਪਹਿਲਾਂ 42 ਇੰਚ ਦੀ ਨਿੱਤ ਆਪਾਂ ਨੂੰ ਲੰਬਾਈ ਦੱਸੀ ਆ ਤੇ ਉਹ ਆਪਾਂ ਨੇ ਆ ਦੇਖੋ ਇਦਾਂ ਇਦਾਂ ਕੰਨੀ ਤੋਂ ਫੜ ਕੇ ਵਿੱਚ ਸਿੱਧਾ ਕਰ ਲੈਣਾ ਤੇ ਆ ਵਿੱਚ ਆਲੇ ਦੁਆਲੇ ਪੁੱਠਾ ਕਰ ਲੈਣਾ ਇਦਾਂ ਕੰਨੀ ਤੋਂ ਫੜ ਕੇ ਇਦਾਂ ਸਾਰੀ ਪਹਿਨਾ ਇੱਕ 42 ਦੇ ਵਿੱਚ 3 ਪਲੱਸ ਕਰਕੇ 43 44 45 45 ਇੰਚ ਦੇ ਇੱਥੇ ਇਦਾਂ ਕਰਕੇ ਨਿਸ਼ਾਨੀ ਲਾ ਲਓ ਠੀਕ ਨਿਸ਼ਾਨੀ ਲਾ ਕੇ ਉਸੇ ਨਿਸ਼ਾਨੀ ਤੋਂ ਬਾਅਦ ਜਿਵੇਂ ਆਹਦੇ ਨਿਸ਼ਾਨੀ ਲੱਗੀ ਹੋਈ ਹੈ ਇਦਾਂ ਨਿਸ਼ਾਨੀ ਅੰਦਰਲੇ ਪਾਸੇ ਪਹਿਲਾਂ ਸਿੱਧੇ ਪਾਸੇ ਲਾ ਲੈਣੀ ਆ ਫਿਰ ਉਸੇ ਨਿਸ਼ਾਨੀ ਤੋਂ ਇਦਾਂ ਫੋਲਡ ਕਰਕੇ 45 ਇੰਚ ਇਦਾਂ ਆਵਦੀ ਲੰਬਾਈ ਪੂਰੀ ਕਰ ਲੈਣੀ ਆ ਤੇ ਫਿਰ ਇਸ ਤੋਂ ਅੱਗੇ ਫਿਰ ਇਹਨੂੰ ਫੋਲਡ ਕਰਨ ਤੋਂ ਬਾਅਦ ਕਪੜਾ ਬੈਕ ਦਾ ਤੇ ਫਰੰਟ ਦਾ ਦੋਨੇ ਹੋਗੇ ਨਾ ਬੈਕ ਦਾ ਫਰੰਟ ਦਾ ਦੋਨੇ ਪੱਲੇ ਇਦਾਂ ਲੰਬਾਈ ਪੂਰੀ ਹੋ ਗਈ ਨਾ ਦੋਨੇ ਪੱਲਿਆਂ ਦੀ ਤੇ 3 ਪਲੱਸ ਕਰਨਾ ਤਿਆਰ ਲੰਬਾਈ ਦੇ ਵਿੱਚ ਤੇ 42 ਲੰਬਾਈ ਆ 43 44 45 ਇੰਚ ਇਦਾਂ ਕਰਕੇ ਕਪੜਾ ਫੋਲਡ ਕਰ ਲਿਆ ਫਰੰਟ ਦਾ ਵੀ 45 ਇੰਚ ਤੇ ਬੈਕ ਦਾ ਵੀ 45 ਇੰਚ ਇਦਾਂ ਕਰਕੇ ਦੋਨੇ ਪੱਲੇ 45 ਇੰਚ ਤੇ ਪੱਲੇ ਤਿਆਰ ਕਰਕੇ ਰੱਖ ਲਈ ਠੀਕ ਹੈ ਤੇ ਹੁਣ ਦੀਦੀ ਨੇ ਆਪਾਂ ਨੂੰ ਘੇਰਾ ਆਪਣੀ ਹੁਣ ਇਹ ਚੋ ਆਪਣੀ ਹਿਪ ਪਾਰੀਆ 25 ਇੰਚ ਹਿਪਾ 26 27 28 28 ਇੰਚ ਆਪਾਂ ਨੇ ਹੁਣ ਆ ਦੇਖੋ ਇੱਥੇ ਤੱਕ ਆਪਣਾ ਕਪੜਾ ਫੋਲਡ ਕਰ ਹਨ ਇੱਥੋਂ ਦੇ ਲੈ ਕੇ 28 ਇੰਚ ਇੱਥੇ ਤੱਕ ਨਿਸ਼ਾਨੀ ਲਾ ਦੇਣੀ ਆ 28 ਇੰਚ ਦੀ 3 ਪਲੱਸ ਕਰ ਲੈਣਾ ਆਪਾਂ ਹਿਪ ਦੇ ਵਿੱਚ ਤਿਆਰ ਹੈਪ ਚ ਇੱਥੇ ਲਾਤਾ ਫਿਰ ਆਪਾਂ ਨੇ ਇੱਥੋਂ ਸੈਂਟਰ ਤੋਂ ਲੈ ਕੇ ਇੱਥੇ ਲਾ ਦੇਣਾ 28 ਇੰਚ ਫਿਰ ਆਪਾਂ ਨੇ ਇੱਥੋਂ ਤੇ ਲੈ ਕੇ ਇੱਥੇ ਵੀ ਆਪਾਂ ਨੇ 28 ਇੰਚ ਹੀ ਲਾ ਦੇਣਾ ਠੀਕ ਆਪਾਂ ਚਾਹੇ ਘੇਰਾ ਬਾਅਦ ਵਿੱਚ ਆਪਾਂ ਇਦਾਂ ਕਰਕੇ ਕੱਟ ਕਰ ਲਾਂਗੇ ਤੇ ਪਰ ਆਪਾਂ ਨੇ ਪਹਿਲਾਂ ਜਿਹੜੀ ਚੀਜ਼ ਜ਼ਿਆਦਾ ਵਾ ਹਿਪ ਜ਼ਿਆਦਾ ਵਾ ਉਹਦੇ ਵਿੱਚ 3 ਪਲੱਸ ਕਰਕੇ ਆਪਾਂ ਨੇ ਆਪਦਾ ਚੌੜਾਈ ਤੇ ਅਬੀ ਜਿੰਨੀ ਤਿਆਰ ਲੰਬਾਈ ਉਹਦੇ ਚ 3 ਪਲੱਸ ਕਰਕੇ ਲੰਬਾਈ ਪੂਰੀ ਕਰ ਲੈਣੀ ਆ ਸਮਝ ਗਏ ਹੁਣ ਤੁਸੀਂ ਹੁਣ ਇਧਰ ਨੂੰ 45 ਇੰਚ ਕਪੜਾ ਕਰ ਲਿਆ ਆਪਾਂ ਨੇ ਐਂ ਇੱਥੋਂ ਵੀ ਕੰਨੀ ਤੋਂ ਵੀ ਤੇ ਉਧਰਲੀ ਸਾਈਡ ਤੋਂ ਵੀ 45 ਇੰਚ ਕਪੜਾ ਤਿਆਰ ਕਰ ਲਿਆ ਤੇ ਹੁਣ ਆਪਾਂ ਨੇ ਘੇਰਾ ਇੱਥੋਂ ਵੀ ਪੂਰਾ 28 ਇੰਚ ਕਰ ਲਿਆ ਤਿੰਨ ਤਿਆਰ ਹਿੱਪ ਦੇ ਵਿੱਚ 3 ਪਲੱਸ ਕਰਕੇ ਚੜਾਈ ਇਧਰ ਨੂੰ ਵੀ ਪੂਰੀ ਕਰ ਲਈ ਤੇ ਆਪਾਂ ਨੇ ਇਧਰੋਂ ਵੀ 28 ਇੰਚ ਪੂਰੀ ਕਰ ਲਈ ਠੀਕ ਆ ਇਦਾਂ ਆਪਾਂ ਇਦਾਂ ਕਰਕੇ ਨਿਸ਼ਾਨੀ ਲਾ ਕੇ ਰੱਖ ਦੇਣੀ ਆ ਠੀਕ ਆ ਨਿਸ਼ਾਨੀ ਲਾ ਕੇ ਇਦਾਂ ਸੈਂਟਰ ਚ ਲਾ ਦੇਣੀ ਆ ਫਿਰ ਉਹ ਨਿਸ਼ਾਨੀਆਂ ਨੂੰ ਇਦਾਂ ਇਦਾਂ ਕਰਕੇ ਬਾਅਦ ਸਿੱਧੀ ਕਰ ਦੇਣਾ ਸਮਝ ਗਏ ਹੋ ਤੁਸੀਂ ਹੁਣ ਲੰਬਾਈ ਵੀ ਹੋ ਗਈ ਤਿਆਰ ਲੰਬਾਈ ਦੇ ਵਿੱਚ 3 ਪਲੱਸ ਕਰਕੇ ਤੇ ਹਿੱਪ ਦੇ ਵਿੱਚ 3 ਪਲੱਸ ਕਰਕੇ ਆਪਣੀ ਚੜਾਈ ਵੀ ਹੋ ਗਈ ਤੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਨਾ ਇਧਰੋਂ ਫੋਲਡ ਸਾਈਡ ਇੱਥੋਂ ਇੱਥੋਂ ਫੋਲਡ ਕਰਾਏ ਜਿੱਥੇ ਤੱਕ ਆਪਣਾ ਤਿਆਰ ਹੁਣ ਇੱਥੋਂ ਤੇ ਆਪਾਂ ਨੇ ਇਹਦੀ ਕਟਿੰਗ ਕਰ ਦੇਣੀ ਇੱਥੇ ਤੱਕ ਕਟਿੰਗ ਕਰਾਂਗੇ ਦੇਖੋ ਇੱਥੋਂ ਤੇ ਆਪਾਂ ਨੇ ਇਹਦੀ ਕਟਿੰਗ ਕਰਤੀ ਕਿੱਥੋਂ ਤੇ ਕਰੀਆ ਆ ਜਿੱਥੇ ਆਪਣਾ ਇਦਾਂ ਕਰਕੇ ਕਪੜਾ ਫੋਲਡ ਕਰਕੇ ਇਦਾਂ ਇਧਰੋਂ ਵੀ ਲਿਆ ਕੇ ਇਧਰੋਂ ਕਰਿਆ ਫੋਲਡ ਸਾਈਡ ਆਪਣੀ ਆਹ ਦੇ ਇਧਰਲੀ ਸਾਈਡ ਆ ਠੀਕ ਆ ਇਦਾਂ ਕਪੜਾ ਫੋਲਡ ਕਰਿਆ ਸੀ ਐ ਇੱਥੇ ਤੱਕ ਕਰਿਆ ਸੀ ਇੱਥੋਂ ਤੇ ਆਪਾਂ ਨੇ ਆਪਣੀ ਲੰਬਾਈ ਦੋਨੇ ਪੱਲਿਆਂ ਦੀ ਪੂਰੀ ਕਰਕੇ ਇੱਥੋਂ ਇਹਦੀ ਕਟਿੰਗ ਕਰਤੀ ਆ ਇਹ ਕਟਿੰਗ ਆਪਾਂ ਨੇ ਇੱਥੇ ਤੱਕ ਕੀਤੀ ਆ ਜਿੱਥੇ ਤੱਕ ਆਪਣਾ 28 ਇੰਚ ਹੱਪ ਤਿਆਰ ਦੇ ਵਿੱਚ 3 ਪਲੱਸ ਕਰਕੇ 28 ਇੰਚ ਚੌੜਾਈ ਬਣਦੀ ਹੈ ਨਾ ਆਪਣੀ ਕੱਪੜੀ ਦੀ ਆਪਾਂ ਨੇ ਇਹਦੀ 28 ਇੰਚ ਕਰਕੇ ਚੌੜਾਈ ਪੂਰੀ ਕਰਕੇ ਇੱਥੇ ਤਾਂ ਕਟਿੰਗ ਕਰਤੀ ਆ ਹੁਣ ਆਪਾਂ ਨੇ ਕੀ ਕਰਨਾ ਆਹ ਕੱਪੜਾ ਇਧਰੋਂ ਆਹ ਆਹ ਕੱਪੜਾ ਇਦਾਂ ਕਰਕੇ ਆਹ ਨਿਸ਼ਾਨੀ ਤੱਕ ਫੋਲਡ ਕਰ ਲੈਣਾ ਠੀਕ ਆ ਆਹ ਇਧਰੋਂ ਚੱਕ ਕੇ ਨਾਲੇ ਇਧਰੋਂ ਚੱਕ ਕੇ ਇਦਾਂ ਕਰਕੇ ਆਹ ਨਿਸ਼ਾਨੀ ਤੱਕ ਆਪਾਂ ਨੇ ਫੋਲਡ ਕਰ ਲੈਣਾ ਇਦਾਂ ਨਾਲੀਕੋ ਇੱਧਰੋਂ ਫੋਲਡ ਸਾਈਡ ਹੋਗੀ ਇੱਧਰੋਂ ਪਾਈ ਕਰਕੇ ਫੋਰ ਫੋਲਡ ਕਰ ਲਿਆ ਨਾ ਇੱਥੇ ਤੱਕ ਆਪਾਂ 28 ਇੰਚ ਬਣਾ ਤਿਆਰ ਘੇਰੇ ਦੇ ਵਿੱਚ ਤਿਆਰ ਹੈਪ ਦੇ ਵਿੱਚ 3 ਪਲੱਸ ਕਰਕੇ 28 ਇੰਚ ਕਪੜਾ ਕਰ ਲਿਆ ਸੀ ਫਿਰ ਇਹਨੂੰ ਆਪਾਂ ਨੇ ਇਦਾਂ ਕਰਕੇ ਫੋਲਡ ਕਰ ਲਿਆ ਹੁਣ ਇਹ ਦੇ ਕੱਪੜੇ ਦੇ ਨਾਲ ਨਾਲ ਹਾਇਰ ਆਪਣਾ ਇਦਾਂ ਨਾਲ ਲਾਇਆ ਹੈ ਨਾ ਫੋਲਡ ਕਰਕੇ ਇਤੋਂ ਦੇਖੋ ਧਿਆਨ ਨਾਲ ਦਿਖਾਵਾਂ ਤੁਹਾਨੂੰ ਇਹ ਇਦਾਂ ਕਰਕੇ ਲਾ ਲਿਆ ਨਾ ਇਦਾਂ ਤੇ ਹੁਣ ਆਪਾਂ ਨੇ ਇਹ ਦੇ ਨਾਲ ਨਾਲ ਕੱਪੜੇ ਦੇ ਪਈ ਦੇ ਨਾਲ ਨਾਲ ਇਹਦੀ ਕਟਿੰਗ ਕਰਦਣੀ ਹੈ ਵੇ ਫਿਰ ਬਿਲਕੁਲ ਸਿੱਧੀ ਹੋਊਗੀ ਦੇਖੋ ਕਿਦਾਂ ਕਟਿੰਗ ਕਰੀ ਆਪਾਂ ਨੇ ਇਦਾਂ ਕਰਕੇ ਇਹਦੇ ਨਾਲ ਫੋਲਡ ਕਰਕੇ ਲਾ ਹੁਣ ਆਪਾਂ ਨੇ ਇਥੋਂ ਇਹਦੇ ਨਾਲ-ਨਾਲ ਇੱਥੇ ਤੱਕ ਆਪਾਂ ਇਹਦੀ ਕਟਿੰਗ ਕਰਤੀ ਠੀਕ ਆ ਹੁਣ ਆਪਣੇ ਕੋਲ ਆ ਕਪੜਾ ਕਮੀਜ਼ ਦੀ ਲੰਬਾਈ ਤੇ ਚੌੜਾਈ ਆਪਾਂ ਪੂਰੀ ਕਰਕੇ ਕਪੜਾ ਫੋਲਡ ਕਰ ਲਿਆ ਠੀਕ ਆ ਫੋਲਡ ਕਰਕੇ ਰੱਖ ਲਿਆ ਹੁਣ ਤੁਹਾਨੂੰ ਜਿੱਧਰੋਂ ਤੁਹਾਨੂੰ ਸੌਖਾ ਹੱਥ ਲੱਗਦਾ ਜੇ ਤਾਂ ਤੁਹਾਨੂੰ ਇਹ ਆਪਾਂ ਨੇ ਆ ਫੋਲਡ ਸਾਈਡ ਤੋਂ ਤੀਰਾ ਲਾਉਣਾ ਜੇ ਤਾਂ ਤੁਹਾਨੂੰ ਇਦਾਂ ਪਏ ਤੇ ਤੀਰਾ ਲਾਉਣਾ ਸੌਖਾ ਲੱਗਦਾ ਫਿਰ ਤਾਂ ਤੁਸੀਂ ਇਦਾਂ ਹੀ ਲਾ ਲਓ ਇਧਰਲੇ ਹੱਥ ਨਾਲ ਇਹ ਆਪਣਾ ਹੱਥ ਹੁੰਦਾ ਕਈ ਵਾਰੀ ਆਪਾਂ ਨੂੰ ਸੈੱਟ ਉਦਾਂ ਹੀ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਤੁਸੀਂ ਮੈਨੂੰ ਵੀਡੀਓ ਚ ਵੀ ਦੇਖਿਆ ਹੋ ਮੇਰਾ ਹ ਇੱਥੋਂ ਇਤਰੂ ਲਾਉਣੀ ਨੇ ਤੀਰਾ ਇਹ ਸਲੋਟ ਨੂੰ ਤੇ ਹੁਣ ਆ ਦੇਖੋ ਇਦਾਂ ਕਰਕੇ ਮੈਂ ਕਪੜਾ ਰੱਖ ਲਿਆ ਜਿਹਦੇ ਨੂੰ ਤੁਹਾਡਾ ਤੁਹਾਡਾ ਹੱਥ ਸਹੀ ਆ ਉਧਰ ਨੂੰ ਰੱਖ ਲਓ ਤੇ ਆਪਾਂ ਨੇ ਖੁੱਲੀ ਸਾਈਡ ਉਧਰ ਲਾਉਣੀ ਆ ਮੁੱਢੇ ਕੱਢਣੇ ਇੱਧਰ ਖੁੱਲੀ ਸਾਈਡ ਤੇ ਕੱਣੀ ਮੁੱਢੇ ਕੱਢਣੇ ਤੇ ਇਧਰ ਨੂੰ ਫੋਲਡ ਸਾਈਡ ਆ ਦੇਖੋ ਜਿਹੜੀਆਂ ਦੋਨੇ ਫੋਲਡ ਸਾਈਡ ਨੇ ਨਾ ਇਧਰੋਂ ਤੇ ਫਰੰਟ ਤੇ ਬੈਕ ਦੀ ਦੋਨੇ ਚੀਜ਼ਾਂ ਜੁੜੀਆਂ ਹੋਣੀ ਚਾਹੀਦੀ ਨੇ ਫੋਲਡ ਹੋਣੀ ਚਾਹੀਦੀ ਆ ਤੇ ਫੇਰ ਹੀ ਇਹ ਆਪਣਾ ਪੱਲਾ ਮੂਰੋ ਬੰਦ ਹੋਊਗਾ ਹਨਾ ਤੇ ਆਪਾਂ ਆ ਚੀਜ਼ ਨੂੰ ਤੀਰਾ ਨਹੀਂ ਨਾ ਲਾ ਸਕਦੇ ਹੈਗੇ ਇਧਰੋਂ ਤਾਂ ਆਪਣਾ ਕਟਿੰਗ ਹੋਈ ਹੋਈ ਆ ਜੇ ਆਪਾਂ ਇਧਰੋਂ ਤੀਰਾ ਲਾਤਾ ਇਧਰੋਂ ਮੋਢੇ ਖੜਦੇ ਫਿਰ ਆ ਚੀਜ਼ ਤਾਂ ਆਪਣੀ ਖੁੱਲੀ ਰਹਿ ਜੂਗੀ ਤੇ ਇਸ ਲਈ ਆਪਾਂ ਨੇ ਹਮੇਸ਼ਾ ਹਾਫ ਫੋਲਡ ਸਾਈਡ ਤੋਂ ਇੱਥੋਂ ਤੀਰਾ ਲਵਾਂ ਇੱਥੋਂ ਆਪਾਂ ਗਲਾ ਲਵਾਂਗੇ ਦਾ ਠੀਕ ਆ ਤੇ ਆਪਾਂ ਹੁਣ ਇਦਾਂ ਕਰਕੇ ਰੱਖ ਲਿਆ ਲੰਬਾਈ ਪੂਰੀ ਕਰ ਲਈ ਤਿਆਰ ਲੰਬਾਈ 'ਚ 3 ਪਲੱਸ ਕਰ ਲਿਆ ਤਿਆਰ ਹਿਪ ਦੇ ਵਿੱਚ 3 ਪਲੱਸ ਕਰਕੇ ਆਪਾਂ ਚੜਾਈ ਪੂਰੀ ਕਰਕੇ ਕੱਪੜਾ ਫੋਲਡ ਕਰਕੇ ਰੱਖ ਲਿਆ ਤੇ ਬਾਕੀ ਦਾ ਕੱਪੜਾ ਆਪਾਂ ਭਰੇ ਕਰ ਦੇਣਾ ਵਾ ਤੇ ਹੁਣ ਆਪਾਂ ਨੇ ਇੱਥੋਂ ਲਾਉਣਾ ਤੀਰਾ ਆਪਾਂ ਤੀਰਾ ਲਾਉਣ ਤੋਂ ਪਹਿਲਾਂ ਤੀਰਾ ਜਿੱਦਾਂ ਫੋਲਡ ਕਰਨ ਤੋਂ ਬਾਅਦ ਆਪਾਂ ਤੀਰਾ ਲਾਉਣਾ ਤੀਰਾ ਲਾਉਣ ਤੋਂ ਪਹਿਲਾਂ ਆਪਾਂ ਨੇ ਆਪਣੀ ਛਾਤੀ ਦੇਖਣੀ ਆ ਕਿੰਨੀ ਆ ਛਾਤੀ ਹੈਗੀ ਆਪਾਂ ਨੇ ਬਣਾਉਣੀਆਂ ਜੇ 21 22 23 24 ਚਾਰ ਛਾਤੀ ਦੇ ਨਾਪ ਦੇ ਉੱਤੇ ਆਪਾਂ ਨੇ ਅੱਜ ਵੀਡੀਓ ਬਣਾਉਣੀ ਆ ਤੇ ਹੁਣ ਆਪਾਂ ਨੇ 24 ਛਾਤੀ ਦਾ ਪਹਿਲਾਂ ਲਾਉਣਾ ਸਭ ਤੋਂ ਪਹਿਲਾਂ ਇਹ ਦੀਦਖ ਮੈਂ ਨਹੀਂ ਦੀਦੀ ਕਹਿੰਦੇ ਮੇਰੀ ਕਮੀਜ਼ ਦੀ ਕਟਿੰਗ ਨਹੀਂ ਕਰੀ ਹੈਗੀ ਅੱਜ ਮੈਂ ਉਹਨਾਂ ਦੀ ਵੀ ਕਟਿੰਗ ਕਰ ਰਹੀ ਆ ਤੇ ਹੋਰ ਦੀਦੀ ਉਹਨਾਂ ਦੇ ਜਿਹੜੇ ਕਮੈਂਟ ਆਏ ਨੇ 21 22 23 24 ਇਹਨਾਂ ਦੇ ਨਾਪ ਦੀ ਵੀ ਮੈਂ ਅੱਜ ਕਟਿੰਗ ਕਰ ਰਹੀ ਆ ਤੇ ਦੀਦਾ 44 ਇੰਚ ਛਾਤੀ ਆਈ ਸੀ ਉਹ 22 ਇੰਚ ਛਾਤੀ ਹਾਫ ਉਹਦਾ 22 ਇੰਚ 44 ਇੰਚ ਦਾ ਕਮੈਂਟ ਆਇਆ ਸੀ ਤੇ 22 ਇੰਚ ਉਹਨਾਂ ਦੀ ਵੀ ਵਿੱਚ ਹੀ ਆ ਕਟਿੰਗ ਅੱਜ 21 ਇੰਚ ਦੀ ਵੀ ਆ ਤੇ 17 18 ਦੀ ਮੈਂ 16 ਤੇ 17 ਇੰਚ ਛਾਤੀ ਦੀ ਮੈਂ ਵੀਡੀਓ ਬਣਾਤੀ ਆ ਉਹ ਵੀ ਅਪਲੋਡ ਕਰ ਦੇਣੀ ਆ ਮੈਂ ਤੇ ਜਿਹੜੀ ਚੀਜ਼ ਤੁਹਾਨੂੰ ਵੀਡੀਓ ਦਾ ਲਿੰਕ ਨਹੀਂ ਮਿਲਦਾ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਹੁਣ ਆਪਾਂ ਨੇ 24 ਛਾਤੀ ਦਾ ਤੀਰਾ ਲਾਉਣਾ 5.7 ਠੀਕ ਹੁਣ ਆਪਾਂ ਨੇ ਛਾਤੀ ਦਾ ਦੇਖ ਲਿਆ ਆਪਾਂ ਨੇ ਹੁਣ ਇੱਥੋਂ ਇਧਰੋਂ ਫੋਲਡ ਸਾਈਡ ਤੋਂ 24 ਛਾਤੀ ਦਾ 5.7 ਤੀਰਾ ਲਾਉਣਾ ਤੇ ਦੇਖੋ ਹੁਣ 6.5 ਆ ਦੇ ਆ 1 ਪੁਆਇੰਟ ਛੱਡ ਕੇ ਅਗਲਾ ਹੈਗਾ 5.7 ਆ ਦੇਖੋ ਇੱਥੋਂ ਪੂਰਾ ਸਹੀ ਰੱਖ ਕੇ ਇਹ ਤੋਂ ਤੇ ਆ 6.5 ਤੇ ਆਹ ਵਾਲਾ ਹੈਗਾ 1. ਛੋਟਾ ਛੱਡ ਕੇ ਅਗਲਾ ਪੌਣੇ 7 ਇਹ ਹੋ ਗਿਆ ਆਪਣਾ 24 36 ਦਾ ਆਪਾਂ ਨੇ ਤੀਰਾ ਲਾ ਲਿਆ ਠੀਕ ਆ ਪੌਣੇ 7 ਤੀਰਾ ਲਾ ਲਿਆ ਤੇ ਹੁਣ ਇਸ ਤੋਂ ਅੱਗੇ ਆਪਾਂ ਨੇ ਕੀ ਕਰਨਾ ਤੇ ਇਸ ਤੋਂ ਅੱਗੇ ਆਪਾਂ ਨੇ ਜਿੰਨਾ ਤੀਰਾ ਲਾਇਆ ਕੋਈ ਵੀ ਛਾਤੀ ਦਾ ਨਾਪ ਲਵਾਂਗੇ ਆਪਾਂ ਜਿੰਨਾ ਉਹਦਾ ਤੀਰਾ ਲਾਵਾਂਗੇ ਉਹਦੇ ਤੋਂ 1 ਇੰਚ ਜ਼ਿਆਦਾ ਆਪਾਂ ਨੇ ਮੋੜਾ ਲਾ ਲੈਣਾ ਹੁਣ ਆਪਾਂ ਨੇ ਕਿੰਨਾ ਲਾਇਆ ਪੌਣੇ 7 ਤੀਰਾ ਹੁਣ ਆਪਾਂ ਨੇ ਇੱਥੇ ਪੌਣੇ 8 ਦੇ ਉੱਤੇ 7.5 ਆਹ ਵਾਲਾ ਹੋ ਗਿਆ 1. ਛੱਡ ਕੇ ਅਗਲਾ ਪੌਣੇ 8 ਠੀਕ ਆ ਪੌਣੇ 8 ਦੇ ਉੱਤੇ ਆਪਾਂ ਨੇ ਮੋੜ ਦੇ ਦੀ ਨਿਸ਼ਾਨੀ ਲਾ ਦੇਣੀ ਆ ਜਿਹੜੀ ਆ ਮੋੜ ਦੇ ਦੀ ਨਿਸ਼ਾਨੀ ਆਪਾਂ ਪੌਣੇ 8 ਦੇ ਉੱਤੇ ਲਾਉਣੀ ਆ ਤੇ ਇਹ ਆਪਾਂ ਇੱਥੋਂ ਕਿੱਥੋਂ ਇੰਨੀ ਸੇਹ ਚ ਕਿੰਨੇ ਤੇ ਲਾਉਣੀ ਆ ਇਹ ਆਪਾਂ ਨੇ ਜਿੰਨਾ ਉੱਪਰੋਂ ਤੀਰਾ ਲਿਆ ਉਨਾ ਹੀ ਇਹ ਪਹਿਲਾਂ ਆਪਾਂ ਨੇ ਇੱਥੇ ਪੁਆਇੰਟ ਲਾ ਲੈਣਾ ਉੱਪਰੋਂ ਆਪਾਂ ਨੇ ਪੌਣੇ 7 ਤੀਰਾ ਲਿਆ ਇਹ ਤੋਂ ਰੱਖ ਕੇ ਆਪਾਂ ਨੇ ਮੋੜ ਦੇ ਦੀ ਸੇਹ ਚ ਪੌਣੇ 8 ਦੇ ਪੌਣੇ ਉਪਰੋਂ ਪੌਣੇ 7 ਦੇ ਆਪਾਂ ਊਰੇ ਵੀ ਪੌਣੇ 7 ਦੇ ਉੱਤੇ ਨਿਸ਼ਾਨੀ ਲਾ ਦੇਣੀ ਆ ਪੌਣੇ 7 ਦੇ ਉੱਤੇ ਆ ਪੌਣੇ 7 ਤਾਂ 6.5 ਦੀ ਇੱਕ ਪੁਆਇੰਟ ਛੱਡ ਕੇ ਅਗਲਾ ਪੁਆਇੰਟ ਪੌਣੇ 7 ਇੱਥੇ ਨਿਸ਼ਾਨੀ ਲਾਤੀ ਨਾ ਆਪਾਂ ਨੇ ਇੱਥੋਂ ਲੈ ਲਿਆ ਪੂਰਾ ਪੌਣੇ 7 ਹੁਣ ਇਹਦੀ ਸੇਧ ਦੇ ਨਾਲ ਆਪਾਂ ਨੇ ਪੌਣੇ 8 ਮੋੜ ਦੇ ਦੀ ਨਿਸ਼ਾਨੀ ਲਾ ਦੇਣੀ ਆ ਪੌਣੇ 8 ਦੇ ਉੱਤੇ ਠੀਕ ਆ ਆ ਦੇਖੋ ਇੱਥੋਂ ਤੇ ਰੱਖ ਲਿਆ ਆਪਾਂ ਨੇ ਪੂਰੀ 7.5 ਦਾ ਇੱਕ ਪੁਆਇੰਟ ਛੱਡ ਕੇ ਅਗਲਾ ਪੁਆਇੰਟ ਪੌਣੇ 8 ਦਾ ਇਹਦੇ ਤੁਲੇ ਕੇ ਐਂਚੀ ਟੇਪ ਦੇ ਨਾਲ ਹੀ ਆਪਾਂ ਨੇ ਸਿੱਧੀ ਸਿੱਧੀ ਲਾਈਨ ਇਹਦਾ ਤੀਰੇ ਨਾਲ ਮਿਲਾ ਦੇਣੀ ਆ ਆ ਦੇਖੋ ਇਦਾਂ ਸਿੱਧੀ ਲਾਤੀ ਨਾ ਇਧਰੋਂ ਤੀਰਾ ਪੌਣੇ 7 ਪੌਣੇ 8 ਮੋਢਾ 24 ਛਾਤੀ ਆ ਤੇ ਇਦੋਂ ਵੀ ਆਪਾਂ ਨੇ ਪੌਣੇ 7 ਲੈ ਲਿਆ ਜਿੰਨਾ ਉਪਰੋਂ ਤੀਰਾ ਲੈ ਲਿਆ ਉਨਾ ਹੀ ਨੀਚੇ ਲੈ ਲਿਆ ਇਹਦੀ ਸੇਧ ਨੂੰ ਆਪਾਂ ਨੇ ਮੋਢੇ ਦੀ ਪੌਣੇ 8 ਦੀ ਨਿਸ਼ਾਨੀ ਲਾ ਲਈ ਤੇ ਹੁਣ ਆ ਇਧਰੋਂ ਫੋਲਡ ਸਾਈਡ ਆ ਇਹ ਫੋਲਡ ਸਾਈਡ ਤੋਂ ਇਧਰਲੀ ਖੁੱਲੀ ਸਾਈਡ ਕੰਨੀ ਨੂੰ ਆਪਾਂ ਨੇ ਇਹਦਾ ਇਦਾਂ ਕਰਕੇ ਡੱਬਾ ਬਣਾ ਦੇਣਾ ਆਹਦੀ ਕੋ ਇਧਰ ਨੂੰ ਡੱਬਾ ਬਣਾਤਾ ਫਿਰ ਆਪਾਂ ਨੇ ਕੀ ਕਰਨਾ ਇਸ ਤੋਂ ਅੱਗੇ ਤੀਰਾ ਲਾਉਣਾ ਮੋਢਾ ਲਾਉਣਾ ਮੋਢੇ ਲਾਉਣ ਤੋਂ ਬਾਅਦ ਡੱਬਾ ਬਣਾਉਣ ਤੋਂ ਬਾਅਦ ਇਸ ਤੋਂ ਅੱਗੇ ਆਪਾਂ ਨੇ ਇਧਰੋਂ ਫੋਲਡ ਸਾਈਡ ਤੋਂ ਹੀ ਇੱਥੋਂ ਲੈਣਾ ਛਾਤੀ ਦਾ ਨਾਪ ਲਾ ਲੈਣਾ ਤੇ ਹੁਣ ਆਪਣਾ ਕਮੀਜ਼ ਤੋਂ ਰੱਖ ਕੇ 24 ਇੰਚ ਛਾਤੀ ਆ 24 ਇੰਚ ਛਾਤੀ ਆ ਤੇ ਆਪਾਂ ਨੇ ਉਹਦਾ ਹਾਫ ਲਾਉਣਾ ਠੀਕ ਆ ਤੇ ਹਾਫ ਲਾਵਾਂਗੇ ਆਪਾਂ ਨੇ ਉਹਦਾ ਇਦਾਂ ਕਰਕੇ 12 ਇੰਚ ਦੇ ਉੱਤੇ 12 ਇੰਚ ਦੇ ਉੱਤੇ 24 ਇੰਚ ਛਾਤੀ ਦਾ ਆਪਾਂ ਨੇ ਹਾਫ ਲਾਤਾ ਠੀਕ ਆ ਤੇ ਹੁਣ ਆਪਾਂ ਨੇ 12 ਇੰਚ ਦੇ ਤੇ ਛਾਤੀ ਦਾ ਨਾਪ ਲਾਉਣ ਤੋਂ ਬਾਅਦ ਫੇਰ ਆਪਾਂ ਨੇ ਆਹ ਵਾਲੀ ਨਿਸ਼ਾਨੀ ਲਾਉਣੀ ਆ ਇਹ ਪਾਈਦਾ ਕਾਰਨਰ ਤੋਂ ਰੱਖ ਕੇ ਪੌਣੇ 3 ਦੇ ਉੱਤੇ ਆਹ ਦੇਖੋ ਪੌਣੇ 3 ਦੇ ਉੱਤੇ ਇਦਾਂ ਰੱਖ ਲੈਣਾ ਇਦਾਂ ਰੱਖ ਕੇ ਫੇਰ ਆਪਾਂ ਨੇ ਆਹ ਕਾਰਨਰ ਤੇ ਪੌਣੇ 3 ਰੱਖ ਲੈਣਾ ਠੀਕ ਇੱਥੇ ਨਿਸ਼ਾਨੀ ਲਾ ਦੇਣੀ ਆ ਪੌਣੇ 3 ਦੀ ਨਿਸ਼ਾਨੀ ਲਾਤੀ ਤੇ ਹੁਣ ਆਪਾਂ ਇਸੇ ਪੁਆਇੰਟ ਤੋਂ ਅਰ ਇੱਥੋਂ ਕ ਵੀ ਚਾਹੇ ਤੁਸੀਂ 2.5 ਇੰਚ ਦੀ ਇੱਥੇ ਵੀ ਨਿਸ਼ਾਨੀ ਲਾ ਲਓ ਇੱਥੇ 2.5 ਇੰਚ ਤੇ ਲਾ ਲਓ ਆ 2.5 ਇੰਚ ਤੇ ਲਾਤੀ ਆਪਾਂ ਨੇ ਬਸ ਇੱਥੋਂ ਦੇ ਦਾ ਮਤਲਬ ਆਹ ਪੁਆਇੰਟ ਤੋਂ ਲੈ ਕੇ ਇੱਥੇ ਤੱਕ ਲਾ ਦੇਣਾ ਆ ਆਪਣਾ ਹੋ ਗਿਆ ਘਾਟ ਵਾਲਾ ਨਿਸ਼ਾਨ ਇੱਥੋਂ ਇਹ ਦੇ ਨਾਲ 2.5 ਇੰਚ ਤੱਕ ਮਲਾ ਦੇਣਾ ਇਦਾਂ ਕਰਕੇ ਠੀਕ ਆਹ ਪੁਆਇੰਟ ਦੇ ਨਾਲ ਇਹ ਇਧਰੋਂ ਆਹਾ ਵਾਲਾ ਲੈ ਕੇ ਛਾਤੀ ਵਾਲੇ ਪੁਆਇੰਟ ਦੇ ਨਾਲ ਇਦਾਂ ਮਲਾ ਦੇਣਾ ਆ ਹੋ ਗਈ ਗਲਾਈ ਪੈ ਗਈ ਇੱਦਾਂ ਇਹ ਦਿਨਾਂ ਤੇ ਇਹ ਹੋ ਗਈ ਆਪਣੀ ਕਾਟ ਬੈਗੀ ਪੌਣੇ ਤਿੰਨ ਦੀ ਤੇ ਇਸੇ ਤੋਂ ਹੀ ਆਪਾਂ ਨੇ ਫਿਰ ਆਹ ਵਾਲੀ ਲਾਈਨ ਤੋਂ 1 ਇੰਚ ਇਸ ਲਾਈਨ ਤੋਂ ਲੈ ਕੇ ਇੱਥੇ ਤੱਕ 1 ਇੰਚ ਦੀ ਆਪਾਂ ਨੇ ਫਰੰਟ ਦੀ ਕਾਟ ਦੀ ਨਿਸ਼ਾਨੀ ਲਾ ਲੈਣੀ ਹੈ ਠੀਕ ਆ ਤੇ ਇਹ ਵਾਲੀ ਆਪਾਂ ਨੇ ਇਹ ਵੀ ਇਦਾਂ ਹੀ ਕਰਕੇ ਇਹ ਆਪਾਂ ਇੱਥੋਂ 2.5 ਇੰਚ ਦੇ ਅੰਦਰ ਅੰਦਰ ਇੱਥੇ ਤੱਕ ਲਾਤੀਆ ਇਹ ਵਾਜੜੀ ਆਪਣੀ ਫਰੰਟ ਵਾਲੀ ਥੋੜੀ ਜੀ ਇਹ ਤੋਂ ਹਲਕੀ ਜੀ ਬਾਹਰ ਆ ਜੂਗੀ ਇੱਥੋਂ ਆ ਕੇ 2 ਇੰਚ ਦੇ ਨਾਲ ਇਹਦੇ ਨਾਲ ਜਾ ਕੇ ਮਿਲ ਜੂਗੀ ਠੀਕ ਹੈ ਇਥੋਂ ਥੋੜਾ ਜਿਹਾ ਫਰਕ ਰਹੇਗਾ ਨਾ ਇਧਰ ਤੇ ਇਥੋਂ ਇਦਾਂ ਇਹ ਦੇ ਨਾਲ ਮਿਲਾ ਦੇਣੀ ਆ ਠੀਕ ਹੈ ਫਰੰਟ ਦੀ ਫਿਰ ਇਹ ਨੂੰ ਇਦਾਂ ਲੈ ਕੇ ਆਪਾਂ ਨੇ ਛਾਤੀ ਵਾਲੇ ਪੁਆਇੰਟ ਦੇ ਨਾਲ ਇਹ ਨੂੰ ਮਿਲਾ ਦੇਣਾ ਇਹ ਹੋ ਗਿਆ ਨਾ ਬੈਕ ਦੀ ਹੋਗੀ ਆਹ ਫਰੰਟ ਦੀ ਹੋਗੀ ਇਹ ਕੱਲੇ ਆਪਾਂ ਬੈਕ ਤੇ ਫਰੰਟ ਦੇ ਦੋਨੇ ਪੱਲੇ ਪਏ ਨੇ ਇਹਨਾਂ ਦੋਨਾਂ ਦੀ ਕਟਿੰਗ ਕਰਾਂਗੇ ਅੱਜ ਮੈਂ ਤੁਹਾਨੂੰ ਕਟਿੰਗ ਵੀ ਕਰਕੇ ਦੱਸੂਗੀ ਤੇ ਆਹ ਕਟਿੰਗ ਕਰ ਦੇਣੀ ਆ ਦੀ ਫਿਰ ਆਪਾਂ ਬੈਕ ਦਾ ਤੁਹਾਨੂੰ ਜਦੋਂ ਬਾਅਦ ਵਿੱਚ ਬਾਹਰ ਕੱਢ ਕੇ ਪਰੇ ਕਰਕੇ ਫਿਰ ਕੱਲੇ ਫਰੰਟ ਦੀ ਕਟਿੰਗ ਕਰਾਂਗੇ ਠੀਕ ਹੈ ਤੇ ਹੁਣੇ ਆਪਣੀ 24 ਇੰਚ ਛਾਤੀ ਤੇ ਆਰਮਹੋਲ ਹੋ ਗਿਆ ਤੀਰਾ ਹੋ ਗਿਆ ਮੋੜਾ ਹੋ ਗਿਆ ਠੀਕ ਹੈ ਛਾਤੀ ਦਾ ਨਿਸ਼ਾਨ ਲਾ ਕੇ ਆਪਾਂ ਨੇ ਗੁਲਾਈਆਂ ਪਾਤੀਆਂ ਆ ਪੌਣੀ ਤਿੰਨ ਤੇ ਪਾਤੀ 1 ਇੰਚ ਫਰੰਟ ਦੀ ਪਾਤੀ ਹੋ ਗਿਆ ਤੇ ਜਿਹੜਾ ਹੁਣ ਆਪਾਂ ਨੇ ਆਹ ਵਾਲਾ ਰੱਖਣਾ ਇੱਥੋਂ ਮੋੜੇ ਅਡੇਗਨ ਦੀ ਪ੍ਰੋਬਲਮ ਹਮੇਸ਼ਾ ਆਹ ਵਾਲੇ ਇਹਦਾ ਯਾਦ ਰੱਖਣਾ ਆ ਪੁਆਇੰਟ ਨੂੰ ਇੱਥੋਂ ਆਪਾਂ 2 ਇੰਚ ਹੀ ਰੱਖਣਾ ਆਹ ਵਾਲਾ ਠੀਕ ਹੈ ਇਥੋਂ ਫੋਲਡ ਸਾਈਡ ਤੋਂ ਗਲੇ ਨੂੰ ਆਪਾਂ 2 ਇੰਚ ਹੀ ਰੱਖਣਾ ਤੇ ਜੇਕਰ ਜ਼ਿਆਦਾ ਕਈ ਵਾਰ ਚੜਾਈ ਇਧਰ ਨੂੰ ਸਰੀਰ ਦੇ ਤੀਰਾ ਜ਼ਿਆਦਾ ਹੁੰਦਾ ਚੜਾਈ ਜੀ ਜ਼ਿਆਦਾ ਹੁੰਦੀ ਆ ਤੇ ਫਿਰ ਆਪਾਂ ਇਥੋਂ ਸਵਾ ਦੋ ਰੱਖ ਸਕਦੇ ਆ ਨਹੀਂ ਤਾਂ ਬਸ ਇਹ 2 ਇੰਚ ਠੀਕ ਆ ਇਹਦੇ ਨਾਲ ਮੋੜੇ ਨਹੀਂ ਦਿਖਣੇ ਕਦੇ ਵੀ ਤੁਸੀਂ 2 ਇੰਚ ਹੀ ਰੱਖਣਾ ਨਾ ਤੇ 2 ਇੰਚ ਦੇ ਉੱਤੇ ਆਹ ਨਿਸ਼ਾਨੀ ਇਹ ਕਈ ਵਾਰੀ ਕਮੈਂਟ ਆਇਆ ਦੀ ਉਹਨਾਂ ਦਾ ਵੀ ਇਹ ਫਰੰਟ ਦੀ ਅਲੱਗ ਜਾਂ ਬੈਕ ਦੀ ਅਲੱਗ ਨਹੀਂ ਇਹ ਇੱਕ ਨਾ ਜਿਹੜੀ ਆਪਾਂ ਇਹ ਨਿਸ਼ਾਨੀ 2 ਇੰਚ ਦੀ ਲਾਤੀ ਇਹ ਇਥੋਂ ਹੀ ਕਟਿੰਗ ਕਰਨੀ ਆ ਬੈਕ ਤੇ ਵੀ ਫਰੰਟ ਤੇ ਵੀ ਇਹ ਸੇਮ ਹੀ ਹੋਊਗੀ ਠੀਕ ਆ ਤੇ ਇਹ ਹੁਣ ਆਪਾਂ ਨੇ ਇਦਾਂ ਕਰ ਲਿਆ ਤੇ ਮੋਢੇ ਲਿਖਦੀ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਵੀ ਆਹ ਆਪਣਾ ਬੈਕ ਨੂੰ ਜਾਂਦਾ ਗਲਾ ਫਰੰਟ ਵਾਲਾ ਗਲਾ ਬੈਕ ਨੂੰ ਜਾਂਦਾ ਤੇ ਮੇਰੀ ਅੱਜ ਤੱਕ ਮੈਂ ਜਿੰਨੇ ਵੀ ਸੂਟ ਸਟਿਚ ਕਰੇ ਨੇ ਦੋਹਰਾਂ ਨੂੰ ਵੀ ਕਰਕੇ ਪਵਾਏ ਨੇ ਤੇ ਪਰ ਕਦੇ ਕਿਸੇ ਦਾ ਗळा ਨਹੀਂ ਪਿੱਛੇ ਨੂੰ ਗਿਆ ਮੈਨੂੰ ਗਲੇ ਪਿੱਛੇ ਜਾਣ ਦੀ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਗळा ਪਿੱਛੇ ਨੂੰ ਮੈਨੂੰ ਕਦੇ ਵੀ ਆਹ ਵਾਲਾ ਕਟਿੰਗ ਕਰਕੇ ਐਦਾਂ ਫਰੰਟ ਨੂੰ ਜਿਹੜਾ ਫਰੰਟ ਦਾ 1/2 ਇੰਚ ਘੱਟ ਕਟਿੰਗ ਕਰਦੇ ਆ ਤੇ ਬੈਕ ਦਾ 1 ਇੰਚ ਜ਼ਿਆਦਾ ਰੱਖ ਕੇ ਨਾ ਐਦਾਂ ਕਟਿੰਗ ਕਰਦੇ ਆ ਮੈਂ ਉਹ ਕਦੇ ਵੀ ਨਹੀਂ ਕਰੀ ਹੈਗੀ ਤੇ ਜੇਕਰ ਮੇਰੇ ਅੱਜ ਤੱਕ ਕਦੇ ਕੋਈ ਪ੍ਰੋਬਲਮ ਆਈ ਹੋਈ ਨਹੀਂ ਵੀ ਗळा ਪਿੱਛੇ ਨੂੰ ਜਾਂਦਾ ਵਾ ਤੇ ਜੇਕਰ ਹੁਣ ਪਰ ਗळा ਪਿੱਛੇ ਨੂੰ ਜਾਂਦਾ ਮੈਂ ਉਹਦੀ ਵੀ ਤੁਹਾਨੂੰ ਦੱਸੂਗੀ ਵੀ ਕਿੱਦਾਂ ਕਰਨਾ ਫਿਰ ਤਾਂ ਬਸ ਉਹਦਾ ਇਹੀ ਹੱਲ ਆ ਜੇਕਰ ਫੇਰ ਵੀ ਗਲਾ ਪਿੱਛੇ ਨੂੰ ਜਾਂਦਾ ਐਸ ਹਿਸਾਬ ਨਾਲ ਸਹੀ ਕਟਿੰਗ ਕਰਨ ਤੋਂ ਬਾਅਦ ਵੀ ਜੇਕਰ ਗਲਾ ਪਿੱਛੇ ਨੂੰ ਜਾਂਦਾ ਫਿਰ ਮੈਂ ਤੁਹਾਨੂੰ ਉਹਦੀ ਬਾਰੇ ਵੀ ਦੱਸੂਗੀ ਤੇ ਆਪਾਂ ਨੇ ਆਹ ਵਾਲਾ ਫਰੰਟ ਵਾਲਾ ਅੱਧਾ ਇੰਚ نیچے ਕਟਿੰਗ ਕਰ ਲੈਣੀ ਆ ਤੇ ਫਿਰ ਇਹ ਵੀ ਤੁਹਾਨੂੰ ਮੈਂ ਕਟਿੰਗ ਕਰਕੇ ਦੱਸੂਗੀ ਬਾਅਦ ਵਿੱਚ ਤੇ ਹੁਣ ਮੈਂ ਪਹਿਲਾਂ ਤੁਹਾਨੂੰ ਦੱਸਦੀ ਆ ਗਲੇ ਦੀ ਆਪਾਂ ਮੋੜੇ ਢਿਕਨ ਦੀ ਪ੍ਰੋਬਲਮ ਇਹ ਆ ਇਥੋਂ ਆਪਾਂ 2 ਇੰਚ ਹੀ ਰੱਖਣਾ ਠੀਕ ਆ ਤੇ ਹੁਣ ਆਪਣਾ ਜਿੰਨਾ ਬੈਕ ਗਲਾ ਜਿਹੜੀ ਹੁਣ ਆਪਾਂ ਨੇ ਆ ਤੀਰਾ ਲਿਆ ਇਹਦਾ 24 ਇੰਚ ਛਾਤੀ ਦਾ ਹਨਾ ਤੇ ਇਹ ਆਪਣਾ ਗਲਾ 4 ਇੰਚ ਵੀ ਹੋਵੇ ਸਾਢੇ 4 ਹੋਵੇ 4 ਜਾਂ ਸਾਢੇ 4 ਬੈਕ ਗਲਾ ਤੇ ਸਾਢੇ 5 6 ਇੰਚ ਤੱਕ ਜੇਕਰ ਤੁਹਾਡਾ ਦੀਪ ਗਲਾ ਬੈਕ ਦਾ ਫਿਰ ਤੁਸੀਂ ਸਿਰਫ ਇੰਨਾ ਹੀ ਜਿਵੇਂ ਆ ਤੀਰਾ ਮੋੜਦਾ ਆਪਾਂ ਨੇ ਲਿਆ ਇੰਨਾ ਹੀ ਲਉਣਾ ਠੀਕ ਹੈ ਤੇ ਜੇਕਰ ਹੁਣ ਆਪਣਾ ਇਹ ਗਲਾ ਸਾਢੇ 6 ਹੋ ਗਿਆ 24 ਛਾਤੀ ਦੇ ਬਾਰੇ ਮੈਂ ਅੱਜ ਤੁਹਾਨੂੰ ਦੱਸ ਰਹੀ ਹਾਂ ਤੇ 24 ਛਾਤੀ ਤੇ ਜੇਕਰ ਆਪਣਾ 6.5 ਜਾਂ 7 ਇੰਚ ਤੇ ਬੈਕ ਗळा ਆ ਗਿਆ ਜਦੋਂ 7 ਇੰਚ ਦੇ ਬੈਕ ਗळा ਜਾਂ ਆ ਗਿਆ ਫਿਰ ਤੁਸੀਂ ਇਧਰੋਂ ਥੋੜੇ ਪੁਆਇੰਟ ਘਟਾ ਦੇਣੇ ਹੁਣ ਪੌਣੇ 7 ਤੇ ਆ ਫਿਰ ਆਪਾਂ 6.5 ਸਵਾ 6 ਦੇ ਉੱਤੇ 3 ਲਿਆ ਆਉਣਾ ਠੀਕ ਹੈ ਜਦੋਂ ਆਪਾਂ 7 ਇੰਚ ਬੈਕ ਦਾ ਨੈਕ ਹੋ ਗਿਆ ਤੇ ਫਿਰ ਆਪਣਾ ਜੇਕਰ ਇਸ ਤੋਂ 7.5 ਤੋਂ ਇਸ ਤੋਂ ਅੱਗੇ ਚੱਲ ਪਿਆ 13 12 ਜਿੰਨਾ ਮਰਜ਼ੀ ਹੋ ਜਵੇ ਜਦੋਂ 7.5 ਤੋਂ ਵੀ نیچے ਹੋ ਗਿਆ ਫੇਰ ਤੁਸੀਂ ਇਹ 24 ਇੰਚ ਛਾਤੀ ਦਾ 6 ਇੰਚ ਤੀਰਾ ਲਾ ਦੇਣਾ ਠੀਕ ਆ 6 ਇੰਚ ਤੀਰਾ ਲਾ ਦੇਣਾ ਆਪਣਾ ਹੁਣ ਜਿਵੇਂ ਆਪਣੇ ਨਾਰਮਲ ਜੇ ਤੁਸੀਂ ਇਹਦਾ ਹਾਈ ਨੈਕ ਬਣਾਉਣਾ ਮੇਰੀ ਇਹ ਵੀ ਵੀਡੀਓ ਵਿੱਚ ਪਹਿਲਾਂ ਪਾਈ ਹੋਈ ਆ ਤੇ ਹਾਈ ਨੈਕ ਬਣਾਉਣਾ ਬੋਟ ਨੈਕ ਬਣਾਉਣਾ ਫੇਰ ਤੁਸੀਂ ਇਹਨੂੰ 7.5 ਪੂਰਾ 7.5 ਲਾਉਣਾ ਵਾ ਠੀਕ ਆ ਪੂਰਾ 7.5 ਤੀਰਾ ਲਾਉਣਾ ਤੇ 8.5 ਆਪਾਂ ਇਹਦਾ ਮੋਟਾ ਲਾਉਣਾ ਤੇ ਫੇਰ ਹੁਣ ਜੀ ਫਿਰ ਆਪਾਂ ਇਹਦਾ ਮੋਢਾ 8 ਇੰਚ ਲਾਵਾਂਗੇ ਜੇ ਹਾਈ ਨੈਕ ਆ ਤੇ 7.5 ਆਪਾਂ ਨੇ ਤੀਰਾ ਲਾ ਲੈਣਾ ਤੇ 8 ਇੰਚ ਆਪਾਂ ਨੇ ਮੋਢਾ ਲਾ ਲੈਣਾ ਪੂਰਾ 8.5 ਹੀ ਲਾ ਲੈਣਾ ਤੇ ਜੇਕਰ ਆਪਣਾ ਹਾਈ ਨੈਕ ਜਾਂ ਬੋਟ ਨੈਕ ਬਣਾਉਣਾ 24 ਇੰਚ ਛਾਤੀ ਦਾ ਠੀਕ ਹੈ ਤੇ ਹੁਣ ਜਦੋਂ ਆਪਣਾ ਇਸ ਤੋਂ ਅਗੇ 4 4.5 ਤੋਂ ਲੈ ਕੇ 5 6 ਇੰਚ ਤੱਕ 4.5 ਤੋਂ ਲੈ ਕੇ 4 ਇੰਚ ਵੀ ਹੈਗਾ ਵਾ ਫਿਰ ਵੀ ਕੋਈ ਗੱਲ ਨਹੀਂ ਇਦਾਂ ਹੀ ਆ ਠੀਕ ਆਊਗਾ ਨਾਪ ਤੇ 4 ਇੰਚ ਤੋਂ ਲੈ ਕੇ 6 ਇੰਚ ਤੱਕ ਬੈਕ ਦਾ ਨੈਕ ਆ ਫਿਰ ਆਪਾਂ ਨੇ ਆਹ ਵਾਲਾ ਜਿਹੜਾ ਆਪਾਂ ਪੌਣੇ 7 ਤੀਰਾ ਪੌਣੇ 8 ਮੋਢਾ ਲਾਇਆ ਫਿਰ ਆਪਾਂ ਨੇ ਇਹ ਵਾਲਾ ਲਾਉਣਾ ਵਾ ਠੀਕ ਆ ਤੇ ਹੁਣ ਇਸ ਤੋਂ ਅੱਗੇ ਹੁਣ ਆਪਾਂ ਨੇ ਆ ਗਲੇ ਬਾਰੇ ਦੱਸ ਰਹੇ ਆ ਹੁਣ ਆਪਣਾ ਬੈਕ ਨੈਕ ਹੁਣ ਤੁਸੀਂ ਚਾਹੇ 4 ਇੰਚ ਤੋਂ ਲੈ ਕੇ 4 ਇੰਚ ਤੋਂ ਲੈ ਕੇ 4.5 ਕਰ ਲਓ 5 ਇੰਚ ਕਰ ਲਓ 6 ਇੰਚ ਕਰ ਲਓ ਜਿੰਨਾ ਵੀ ਤੁਹਾਡਾ ਬੈਕ ਨੈਕ ਹੈਗਾ ਉਹਨਾਂ ਕਰਕੇ ਇਥੋਂ ਨਾ 2.5 ਇੰਚ ਦੀ 3 ਇੰਚ ਦੀ ਨੈਕ ਆਹ ਨਿਸ਼ਾਨੀ 3 ਇੰਚ ਦੀ ਲਾ ਲਓ ਤੇ ਜੇਕਰ ਤੁਸੀਂ ਬੋਕਰਮ ਵਾਲਾ ਬਣਾਉਣਾ ਵਾ ਫਿਰ ਤੁਸੀਂ ਬਾਅਦ ਵਿੱਚ ਕਟਿੰਗ ਕਰਨੀ ਹੈ ਤੇ ਜੇਕਰ ਤੁਸੀਂ ਰੇਵ ਟੇਪਾਂ ਲਾਉਣੀਆਂ ਨੇ ਪਟੀਆਂ ਲਾਉਣੀਆਂ ਨੇ ਫਿਰ ਤੁਸੀਂ ਇਹ ਨੂੰ ਇਦਾਂ نیچے 3 ਇੰਚ ਦੀ ਮਿੰਕੇ ਪੂਰੀ 3 ਇੰਚ ਦੀ ਆਹ ਨਿਸ਼ਾਨੀਆਂ ਚ ਦੀ ਨਾ ਆਹ ਪੂਰੀ ਇਹ 3 ਇੰਚ ਤੇ ਲਾ ਲੈਣੀ ਹੈ ਇਦਾਂ ਫਿਰ ਇਹ ਗੁਲਾਈ ਬਹੁਤ ਸੋਹਣੀ ਪੈਂਦੀ ਹੈ ਗਲੇ ਦੀ ਬੈਕ ਦੀ ਹੈ ਚਾਹੇ ਫਰੰਟ ਦੀ ਹੈ ਜਿੰਨਾ ਥੋੜਾ ਬੈਕ ਦਾ ਫਰੰਟ ਦਾ ਜਿੰਨਾ ਵੀ ਹੈਗਾ ਤੁਸੀਂ ਉਹਨੇ ਨਿਸ਼ਾਨੀ ਲਾ ਕੇ ਫਿਰ ਉਸ ਤੋਂ ਆ 2 ਇੰਚ ਦੇ ਨਾਲ ਮਲਾ ਲੈਣੀ ਆ ਠੀਕ ਆ ਤੇ ਜੇਕਰ ਤੁਸੀਂ ਹੁਣ ਇਹ ਬੈਕ ਨੈਕ ਥੋੜਾ ਇਹ نیچے 7 ਇੰਚ ਤੋਂ نیچے ਜਾਣਾ ਸ਼ੁਰੂ ਹੋ ਗਿਆ ਫਿਰ ਤੁਸੀਂ 7 ਇੰਚ ਤੋਂ ਬਸ ਅੱਧਾ ਇੰਚ ਵੀ نیچے ਚਲੇਗਾ 7 ਇੰਚ ਵੀ ਹੋ ਗਿਆ ਫਿਰ ਤੁਸੀਂ ਆਹ ਵਾਲੀ ਚੀਜ਼ ਨੂੰ ਜਿਹੜੀ ਆਹ ਵਾਲੀ ਆ ਫਿਰ ਇਹ 1.5 ਇੰਚ ਤੇ ਕਰ ਦੇਣੀ ਆ ਆ ਆ ਮੋਢੇ ਵਾਲੀ ਘਟਾ ਦੇਣੀ ਆ ਤੀਰਾ ਜਦੋਂ 7 ਇੰਚ ਤੋਂ نیچے ਚਲੇ ਗਿਆ ਮੈਂ ਤੁਹਾਨੂੰ ਦੱਸਿਆ ਹੀ ਆ ਤੀਰਾ ਆਪਾਂ ਨੇ 6 ਇੰਚ ਤੇ ਕਰ ਦੇਣਾ 6 ਇੰਚ ਕਰਕੇ ਫਿਰ ਆਪਣੀ ਆਇਆ 10 ਇੰਚ ਕਰ ਦੇਣਾ ਠੀਕ ਹੈ ਇਹ ਬੈਕ ਨੈਕ ਦੀ ਗੱਲ ਆ ਜਦੋਂ 7 ਇੰਚ ਤੋਂ ਬੈਕ ਨੈਕ ਡੀਪ ਹੋਣਾ ਸ਼ੁਰੂ ਹੋ ਜਾਊ ਹੁਣ ਤੁਸੀਂ ਸਮਝਦੇ ਹੋ ਇਹ ਹੈਗਾ ਆਪਣਾ 4 ਇੰਚ ਤੋਂ ਲੈ ਕੇ ਬੈਕ ਨੈਕ 6 ਇੰਚ ਤੱਕ ਬੈਕ ਨੈਕ ਆ ਤੁਹਾਡਾ ਤੇ ਇਹ ਭਾਰੀ ਨਾਲ 24 ਇੰਚ ਤੇ 24 ਇੰਚ ਛਾਤੀ ਆ ਇਹ ਜੇ 6.5 ਵੀ ਬੈਕ ਨੈਕ ਹੈਗਾ ਫੇਰ ਵੀ ਤੁਸੀਂ ਬਿਲਕੁਲ ਆਹੀ 7.7 ਤੀਰਾ 8 ਮੋਢਾ ਇਹ ਤਾਂ 24 ਇੰਚ ਛਾਤੀ ਤੇ ਤੁਸੀਂ ਇੱਥਾਂ ਲਾ ਲੈਣਾ ਠੀਕ ਆ ਤੇ ਹੁਣ ਆਪਣਾ ਬੈਕ ਨੈਕ ਦੀ ਵੀ ਗੱਲ ਹੋ ਗਈ ਆ ਮੋਢੇ ਡਿਗਨ ਵਾਲੀ ਵੀ ਹੋ ਗਈ ਇਹ ਹੁਣ ਆਪਾਂ ਇਸ ਨਾਪ ਦੇ ਵਿੱਚ 2 ਇੰਚ ਦੇਤੇ ਲਾਉਣੀ ਆ ਇਹ ਤਾਂ ਬਾਅਦ ਵਿੱਚ ਆਪਾਂ 1.5 ਇੰਚ ਤੇ ਕਰਨੀ ਆ ਜਦੋਂ 7 ਇੰਚ ਤੋਂ ਨੈਕ نیچے ਹੋਣਾ ਸ਼ੁਰੂ ਹੋ ਗਿਆ ਦੀਪ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਨੇ ਇਹਦੀਆਂ ਪਲੋਈਆਂ ਕਿੰਨੇ ਤੇ ਪਾਉਣੀਆਂ ਨੇ 24 ਇੰਚ ਛਾਤੀ ਦੀਆਂ ਇਹ ਆਪਾਂ ਨੇ ਦੇਖੋ 12.5 ਤੇ ਇੱਥੋਂ ਤੇ ਲਾ ਲੈਣੀ ਆ ਨਿਸ਼ਾਨੀ 12.5 ਦੇ ਉੱਤੇ ਆਪਾਂ ਨੇ ਇਦਾਂ ਨਿਸ਼ਾਨੀ ਲਾ ਲਈ ਠੀਕ ਹੈ نیچے ਨੂੰ ਕਿੱਥੇ ਤੱਕ ਪਾਉਣੀ ਆਪਾਂ ਨੇ ਪਲੇਟ ਤੇ 12.5 ਤੇ ਪਾ ਕੇ ਤੇ ਆਹਾ ਵਾਲਾ ਜਿਹੜਾ ਆਪਣਾ 24 ਇੰਚ ਛਾਤੀ ਤੱਕ ਇਹ ਆਪਣਾ 6.5 ਤੇ ਕਮਰ ਦਾ ਨਿਸ਼ਾਨ ਬਿਲਕੁਲ ਸਹੀ ਰਹੂਗਾ ਤੇ ਕਈ ਵਾਰੀ ਛਾਤੀ ਭਾਰੀ ਜ਼ਿਆਦਾ ਹੁੰਦੀ ਆ ਤੇ نیچے ਨੂੰ ਹੁੰਦੀ ਆ ਫਿਰ ਆਪਾਂ ਇਹ 13 ਇੰਚ ਤੇ ਵੀ ਕਰ ਸਕਦੇ ਆ ਠੀਕ ਹੈ ਕਈ ਵਾਰੀ ਸਰੀਰ ਉਹੀ ਚੜਾਈ ਚ ਹੁੰਦਾ ਤੇ ਛਾਤੀ ਠੀਕ ਘੱਟ ਹੁੰਦੀ ਆ ਤੇ ਇਹ ਵਾਲਾ ਫੇਰ ਆਪਾਂ ਨੇ 13 ਇੰਚ ਤੇ ਵੀ ਪੁਆਇੰਟ ਕਰ ਦੇਣਾ ਜੇਕਰ ਜ਼ਿਆਦਾ ਕੱਲੀ ਛਾਤੀ ਭਾਰੀ ਆ ਇਹ ਪੁਆਇੰਟ ਬਾ ਜਿਹੜਾ ਆਪਣਾ ਆਹ ਵਾਲਾ ਲਾਉਨੇ ਆਪਾਂ ਬਸ ਇਸ ਇਸ ਇਹ ਧਿਆਨ ਰੱਖਣਾ ਇਹ ਆਪਣਾ ਛਾਤੀ ਤੋਂ ਥੋੜਾ ਥੱਲੇ نیچے ਨੂੰ ਹੋਣਾ ਚਾਹੀਦਾ ਵਾ ਤੇ ਬਿਲਕੁਲ ਛਾਤੀ ਦੇ ਪੁਆਇੰਟ ਦੇ ਉੱਤੇ ਨੂੰ ਨਹੀਂ ਆਉਣਾ ਚਾਹੀਦਾ ਹੈਗਾ ਜੇ ਉੱਪਰ ਨੂੰ ਆ ਗਿਆ ਨਾਲ ਤਾਂ ਗਲਾ ਪਿੱਛੇ ਨੂੰ ਜਾਊ ਤੇ ਨਾਲ ਜੱਜਦਾ ਨਹੀਂ ਹੈ ਕਮੀ ਜੀ ਫਿਟਿੰਗ ਨਹੀਂ ਵਧੀਆ ਹੁੰਦੀ ਹੈਗੀ ਇਹ ਆਪਾਂ ਜਿੱਥੋਂ ਆਪਣਾ ਛਾਤੀ ਵਾਲਾ ਪੁਆਇੰਟ ਹੁੰਦਾ ਉਹਦੇ ਤੋਂ ਥੋੜਾ ਜਿਹਾ ਉਹਦੇ ਤੋਂ ਨੀਵਾ ਰੱਖਣਾ ਚਾਹੀਦਾ بس ਉਹ ਇਹ ਛਾਤੀ ਦੇ ਹਿਸਾਬ ਨਾਲ ਆਪਾਂ ਤਾਂ ਇਸ ਨੂੰ ਪੁਆਇੰਟ ਨੂੰ ਲਾਉਨੇ ਹੁੰਦੇ ਆ ਛਾਤੀ ਵਾਲੇ ਨੂੰ ਇਹਨੂੰ ਪਲੇਟ ਵਾਲੇ ਨੂੰ ਤੇ ਹੁਣ ਆਪਾਂ ਨੇ ਇਹ ਜੇਕਰ ਜ਼ਿਆਦਾ ਛਾਤੀ ਭਾਰੀ ਆ ਇਹ ਉੱਪਰ ਛਾਤੀ ਤੋਂ ਉੱਪਰ ਆਊਗਾ 12.5 ਫਿਰ 13 ਇੰਚ ਤੇ ਵੀ ਇਹ ਪੁਆਇੰਟ ਲਾ ਲੈਣਾ ਠੀਕ ਆ ਜੇ ਆਪਾਂ ਨੇ ਹੁਣ 12.5 ਤੋਂ ਆਪਾਂ ਨੇ ਆਪਣੀ ਪਲੇਟ نیچے ਚਲੀ ਗਈ ਥੋੜੀ ਜੀ 13 ਇੰਚ ਤੇ ਚਲੀ ਗਈ ਹੈਨਾ ਫਿਰ ਉਹਨਾਂ ਕ ਆਪਾਂ ਨੇ ਆਹ ਵਾਲਾ ਜਿਹੜਾ ਕਮਰ ਦਾ ਨਿਸ਼ਾਨ ਆ ਇਹ ਆਪਾਂ 6.5 ਤੇ ਲਾਉਨੇ ਆ ਤੇ ਇਹ 6.5 ਦੇ ਉੱਤੇ ਆਪਣੇ ਆਰਾਮ ਨਾਲ ਇਹ 18 19 17 18 19 20 21 22 23 24 31 ਤੱਕ ਆਰਾਮ ਨਾਲ 6.5 ਤੱਕ ਇਹ ਲੱਗਦਾ ਵਾ ਕਿਉਂਕਿ ਜਿੰਨਾ ਕਪੜਾ ਜਿਵੇਂ ਹੁਣ ਮੋਢਾ ਪੌਣੇ 7 ਹੁੰਦਾ ਜਿਵੇਂ ਪੌਣੇ 6 ਤੀਰਾ ਲਾਇਆ ਪੌਣੇ 7 ਮੋਢਾ ਤਾਂ ਮੋਢੇ ਨੇ ਉੱਚੇ ਚਲੇ ਜਾਣਾ ਤੇ ਆਪਣਾ ਛਾਤੀ ਵਾਲਾ ਆਹ ਵਾਲਾ ਕਮਰ ਵਾਲਾ ਨਿਸ਼ਾਨ ਵੀ ਉੱਪਰ ਆ ਜਾਂਦਾ ਮਾੜਾ ਜਿਹਾ ਉੱਪਰ ਆ ਜਾਂਦਾ ਤੇ ਇਹ ਉਸ ਹਿਸਾਬ ਨਾਲ ਸੈੱਟ ਆ ਜਾਂਦਾ ਤੇ ਜਦੋਂ ਆਪਣੀ ਆਹ ਵਾਲੀ ਪਲੇਟ ਤੇ 12:30 ਤੋਂ نیچے ਜਾਣੀ ਸ਼ੁਰੂ ਹੋਈ 13 14 15 ਤੱਕ ਵੀ ਇਹ ਪਲੇਟ ਆਪਣੀ نیچے ਚਲੀ ਜਾਂਦੀ ਆ ਭਾਰੀ ਛਾਤੀ 30 ਇੰਚ ਛਾਤੀ ਤੱਕ 15 ਇੰਚ ਤੱਕ ਵੀ ਆਪਾਂ ਪਲੇਟ ਇਹ نیچے ਜਦ ਚਲੀ ਜਾਂਦੀ ਆ ਜਦੋਂ ਇਹ ਇਹਨਾਂ ਪਲੇਟ نیچے ਚਲੀ ਗਈ ਫਿਰ ਆਪਣਾ ਇਹ ਕਮਰ ਦਾ ਨਿਸ਼ਾਨ ਆ ਜਿਹੜਾ ਇਹ ਇਹ ਵੀ ਆਪਣਾ ਫਿਰ نیچے ਆਜੂ 7.5 ਤੱਕ ਆਜੂਗਾ ਬਸ ਇਹ ਹੀ ਹਿਸਾਬ ਰੱਖਣਾ ਵਾ ਵੀ ਜੇਕਰ 15 ਇੰਚ ਆਪਣੀ ਪਲੇਟ ਵਾ ਤਾਂ ਇਹ ਆਪਾਂ 7.5 ਤੇ ਪਾ ਦੇਣਾ ਠੀਕ ਆ ਉਸ ਹਿਸਾਬ ਨਹੀਂ ਆਖੇ ਨਾ ਅਪ ਇਹਦੀ ਸੇਧ ਚ ਆਹ ਵਾਲੀ ਆਪਾਂ ਲੈ ਕੇ ਆਉਣੀ ਆ ਇਸ ਲੋਟ ਨੂੰ ਤਾਂ ਇਹ 7.5 ਤੱਕ ਵੀ ਚਲਿਆ ਜਾਣਾ ਆਹ ਪੁਆਇੰਟ ਨੇ ਤੇ ਆਪਣੇ ਆ ਪਲੇਟ ਦੇ ਹਿਸਾਬ ਦੇ ਨਾਲ ਆਪਣਾ ਕਮਰ ਦਾ ਨਿਸ਼ਾਨ ਪਾਉਨੇ ਹੁੰਦੇ ਆ ਜਿਹੜੀ ਆ ਉੱਪਰਲੀ ਪਾਉਨੇ ਆ ਤੇ ਹੁਣ ਆਪਣਾ 24 ਇੰਚ ਛਾਤੀ 24 ਇੰਚ ਛਾਤੀ ਨੂੰ ਆਪਾਂ 12.5 ਪਲੇਟ ਬਿਲਕੁਲ ਸੈਟ ਰਹਿੰਦੀ ਆ ਤੇ ਮੈਂ ਇਥੇ ਨੂੰ ਦੱਸਿਆ ਵਾ ਕਈ ਵਾਰੀ ਕੱਲੀ ਛਾਤੀ ਜ਼ਿਆਦਾ ਭਾਰੀ ਹੁੰਦੀ ਆ ਤੇ ਫੇਰ ਆਪਾਂ ਪਾਉਣੇ 13 ਜਾਂ 13 ਇੰਚ ਤੇ ਵੀ ਕਰ ਸਕਦੇ ਆ ਠੀਕ ਆ ਤੇ ਹੁਣ ਆਪਣਾ ਇਹ ਆਪਾਂ 12.5 ਤੇ ਲਗਾਤਾ ਤੇ ਹੁਣ ਜਦੋਂ 24 ਤੋਂ 25 ਇੰਚ ਛਾਤੀ ਹੋ ਗਈ ਫੇਰ ਤਾਂ 13 ਇੰਚ ਤੇ ਆਉਣਾ ਹੀ ਆਉਣਾ ਮੈਨੇ ਪੁਆਇੰਟ ਨੇ ਤੇ 24 ਇੰਚ 36 ਤੱਕ ਆਰਾਮ ਨਾਲ ਆਪਣਾ 12.5 ਤੇ ਪਲੇਟ ਸੈੱਟ ਰਹਿੰਦੀ ਆ ਤੇ ਹੁਣ ਆਪਾਂ ਨੇ ਫਿਰ ਆ ਜਿਹੜਾ ਆਪਾਂ ਨੇ 6.5 ਦੇ ਉੱਤੇ ਕਮਰ ਦਾ ਨਿਸ਼ਾਨ ਲਾਇਆ ਹੋਇਆ ਇਸੇ ਨਿਸ਼ਾਨ ਤੋਂ ਆਪਾਂ ਨੇ ਆ ਵਾਲਾ ਇਦਾਂ ਰੱਖ ਕੇ ਨਾ ਥੋੜੀ ਇਹ ਇਦਾਂ ਸਮਝ ਲੈਣਾ ਵੀ ਆਹ ਕਮਰ ਦਾ ਨਿਸ਼ਾਨ ਆਪਣਾ ਇਦਾਂ ਥੋੜਾ ਜਿਹਾ ਟੇਢ ਦੇ ਵਿੱਚ ਜਾਣਾ ਚਾਹੀਦਾ ਇਦਾਂ ਤੇ ਇਹ ਜੇ ਆਪਾਂ ਹੁਣ ਇਦਾਂ ਇੱਥੇ ਹੋਵੇ ਕਮਰ ਦਾ ਨਿਸ਼ਾਨ ਆਈ ਸਿੱਧੀ ਪਲੇਟ ਹੀ ਪਈ ਤਾਂ ਚੰਗੀ ਨਹੀਂ ਲੱਗਣੀ ਹੈਗੀ ਤੇ ਇਹ ਆਪਣੀ ਜਿੰਨੀ ਜਿੰਨੀ ਪਲੇਟ نیچے ਹੋ ਜਾਂਦੀ ਆ ਤੇ ਆਪਣਾ ਕਮਰ ਦਾ ਨਿਸ਼ਾਨ ਥੋੜਾ ਥੋੜਾ نیچے ਹੋ ਜਾਂਦਾ ਵਾ ਤੇ ਹੁਣ ਆਪਾਂ ਨੇ ਇੱਥੋਂ ਆਹ ਪੁਆਇੰਟ ਲਾ ਲਿਆ ਤੇ ਜਿਹੜਾ ਪਰ ਇਹ ਆ ਗੈਪ ਰੱਖਣਾ ਇਹ ਆਪਣਾ ਪੌਣੇ 4 ਤੱਕ ਆਪਾਂ ਨੇ ਆ ਗੈਪ ਰੱਖ ਦੇਣਾ ਇੱਥੋਂ ਤੇ ਲੈ ਕੇ ਪੌਣੇ 4 ਦਾ ਗੈਪ ਰੱਖ ਦੇਣਾ 24 ਛਾਤੀ ਦੇ ਵਿੱਚ ਇਹ ਇਹ ਤਾਂ ਤੇ ਇੱਥੋਂ نیچے ਜਿੰਨੀ ਆਪਾਂ ਦੀ ਪਲੇਟ ਇਹ ਵੱਡੀ ਪੌਣੀਆਂ 6.5 ਦੀ 7 ਦੀ ਬਸ ਇੱਥੇ ਤੱਕ ਠੀਕ ਰਹਿੰਦੀ ਹੈ ਇਹ 6.5 ਦੀ ਪਲੇਟ ਬਿਲਕੁਲ ਸੈੱਟ ਰਹਿੰਦੀ ਹੈ ਜੇਕਰ ਸਰੀਰ ਜਿਆਦਾ ਲੰਬਾਈ ਚ ਹੋਵੇ ਫਿਰ 7 ਇੰਚ ਦੀ ਵੀ ਪਹਿ ਜਾਂਦੀ ਹੈ ਤੇ ਹੁਣ ਆਪਾਂ ਨੇ 6.5 ਦੀ ਇਦਾਂ ਕਰਕੇ ਇੱਥੇ ਆ ਲੰਬੀ ਪਲੇਟ ਪਾਤੀ ਠੀਕ ਹੈ ਇੰਨਾ ਹੀ ਗੈਪ ਪੌਣੇ 4 ਦਾ ਇੱਥੋਂ ਰੱਖਦਾ ਪੌਣੇ 4 ਦਾ ਹੀ ਆਪਾਂ ਨੇ ਉਰੋਂ ਰੱਖਦਾ ਠੀਕ ਆ ਆਹ ਵਾਲੀ ਹੁਣ ਜਿਹੜੀ ਆਪਣੀ ਕਮਰ ਵਾਲੀ ਆ ਹੁਣ ਇੱਥੋਂ ਜਿਹੜੀ ਆਪਾਂ ਨੇ ਆਹ ਵਾਲਾ ਨਿਸ਼ਾਨ ਲਾਉਣਾ ਹੁਣ ਇੱਥੋਂ ਵੀ ਆਪਾਂ ਨੇ ਪੌਣੇ 3 ਆ ਦੇਖੋ ਆਪਾਂ ਹੁਣ ਇਹਦੀ ਪੌਣੇ 3 ਇੱਥੇ ਤੱਕ ਆਉਂਦਾ ਪੌਣੇ 3 ਦਾ ਗੈਪ ਰੱਖ ਦੇਣਾ 24 ਇੰਚ ਛਾਤੀ 'ਚ ਆਹ ਵਾਲੇ ਪੁਆਇੰਟ ਤੋਂ ਪੌਣੇ 3 ਦਾ ਗੈਪ ਰੱਖ ਕੇ ਆਪਾਂ ਨੇ ਇਹਨੂੰ ਕਮਰ ਦੇ ਨਾਲ ਇਦਾਂ ਕਰਕੇ ਮਲਾ ਦੇਣਾ ਇਹ ਸਾਈਡ ਵਾਲੀਆਂ ਪਲੇਟਾਂ ਹੋਗੀਆਂ ਠੀਕ ਆਪਾਂ ਮਦੀਦਕ ਮੈਂ ਠਾਈ ਸਾਈਡ ਵਾਲੀ ਪਲੇਟ ਕਿੱਥੋਂ ਪਹਿਣੀ ਆ ਕਮਰ ਦੇ ਨਿਸ਼ਾਨ ਤੋਂ ਪਹਿਣੀ ਆ ਹਮੇਸ਼ਾ ਸਾਈਡ ਵਾਲੀ ਪਲੇਟ ਠੀਕ ਆ ਇਹ ਪਤਲੀ-ਪਤਲੀ ਪਹਿਣੀ ਆ ਆਹ ਵਾਲੀ ਅੱਧੇ ਇੰਚ ਦੀ ਪੈਂਦੀ ਆ ਆ ਵੀ ਅੱਧੇ-ਅੱਧੇ ਇੰਚ ਦੀਆਂ ਪੈਂਦੀਆਂ ਨੇ ਤੇ ਇਹ ਮੇਰੀ ਵੀਡੀਓ ਕਈ ਚ ਸਲਾਈ ਕਰਨ ਦੇ ਵਿੱਚ ਸਟੀਚਿੰਗ ਦੇ ਵਿੱਚ ਕਰਕੇ ਵੀ ਦੱਸੀ ਹੋਈ ਆ ਤੇ ਹੁਣ ਅਸੀਂ ਆਪਣਾ ਇਥੇ ਕਮਰ ਦੇ ਨਿਸ਼ਾਨ ਤੇ ਸਾਈਡ ਵਾਲੀ ਪਲੇਟ ਪੈਣੀ ਆ ਸਾਈਡ ਵਾਲੀ ਹਮੇਸ਼ਾ ਪਲੇਟ ਕਮਰ ਦੇ ਨਿਸ਼ਾਨ ਤੋਂ ਹੀ ਪੈਣੀ ਆ ਠੀਕ ਆ ਤੇ ਇਸ ਤੋਂ ਅੱਗੇ ਇਹ ਵਾਲੀ ਇੱਦਾਂ ਹੋ ਗਈ ਤੇ ਹੁਣ ਇਸੇ ਪੁਆਇੰਟ ਤੋਂ ਆਪਾਂ ਨੇ ਇੱਧਰਾਂ ਕਾਰਨਰ 'ਚ ਰੱਖ ਲੈਣਾ ਇੱਦਾਂ ਆਹ ਕਾਰਨਰ 'ਚ ਤੇ ਇੱਥੋਂ ਵੀ ਆਪਾਂ ਨੇ ਇੱਦਾਂ 5/3 ਦਾ ਨਿਸ਼ਾਨ ਗੈਪ ਰੱਖ ਦੇਣਾ ਸਿੱਧਾ ਆਹ ਕਾਰਨਰ ਨੂੰ ਇੱਦਾਂ ਕਰਕੇ ਮਿਲਾ ਦੇਣਾ ਇਹ ਆਰਮ ਹੋਲ ਵਾਲੀਆਂ ਪਲੇਟਾਂ ਹੋ ਗਈਆਂ ਇਹ ਭਾਅ ਦੇ ਦੇ ਇੰਚਰੀਆਂ ਪਾਉਣੀਆਂ ਨੇ ਜ਼ਰੂਰ ਦੇਖ ਲਓ ਮੇਰੀ ਸਟੀਚਿੰਗ ਵਾਲੀ ਵੀਡੀਓ ਵੀ ਉਹਦੇ ਵਿੱਚ ਜਿਵੇਂ ਪਾਈ ਐ ਇੰਨੇ ਸੋਹਣੇ ਪਰਫੈਕਟ ਫਿਟਿੰਗ ਹੁੰਦੀ ਆ ਤੇ ਜਿਹੜੀ ਆਪਾਂ ਨੇ ਆ ਇਸ ਹਿਸਾਬ ਨਾਲ ਮੈਂ ਪਲੇਟਾਂ ਪਾਉਣੀ ਆ ਤੇ ਇਹਦੇ ਸੈਂਟਰ ਦੇ ਵਿੱਚ ਜਿਵੇਂ ਹੁਣੇ 6.5 ਦੀ ਜਾਂ 3.5 ਸੈਂਟਰ ਕਰਕੇ ਅੱਧੇ ਇੰਚ ਦੀ ਇਦਾਂ ਨਿਸ਼ਾਨੀ ਲਾ ਕੇ ਇਦਾਂ ਕਰਕੇ ਆਪਾਂ ਨੇ ਪਲੇਟਾਂ ਪਾਉਣੀਆਂ ਨੇ ਇੰਚੀ ਟੇਪ ਦੇ ਨਾਲ ਮੈਂ ਕਿ ਪੂਰੀਆਂ ਸਹੀ ਤੇ ਹੁਣ ਤੁਹਾਨੂੰ ਕਮਰ ਦੀ ਨਿਸ਼ਾਨੀ ਸਮਝ ਆ ਗਈ ਨਾ 24 ਇੰਚ ਤੱਕ ਤਾਂ 6.5 ਤੱਕ ਆਰਾਮ ਨਾਲ ਚਲੀ ਜਾਂਦੀ ਆ ਤੇ ਇਸ ਤੋਂ ਕੇ 25 ਇੰਚ ਛਾਤੀ ਨੂੰ ਥੋੜੀ ਜੀ ਆਪਣੇ 13 ਇੰਚ ਦੇ ਉੱਤੇ ਆਪਣੀ ਆ ਪਲੇਟ ਆ ਜਾਣੀ ਆ ਤੇ ਥੋੜਾ ਜਿਹਾ ਆਪਣਾ ਇਹ 7 ਕੈਂਚ ਦੇ ਉੱਤੇ ਆਪਣੀ ਆ ਵਾਲੀ ਆ ਜਾਣੀ ਆ ਕਮਰ ਦੀ ਨਿਸ਼ਾਨੀ ਆ ਜਾਣੀ ਆ ਉਦਾਂ ਹੀ ਜਿਵੇਂ ਜਿਵੇਂ ਆਪਣੀ ਪਲੇਟ نیچے ਆਉਂਦੀ ਜਾਊ ਥੋੜਾ ਜਿਹਾ ਕਮਰ ਦਾ ਨਿਸ਼ਾਨ ਹਲਕਾ ਹਲਕਾ نیچے ਆਉਂਦਾ ਜਾਊਗਾ ਠੀਕ ਆ ਇਹ ਹੋ ਗਿਆ 24 ਇੰਚ ਛਾਤੀ ਦਾ ਸਾਰਾ ਕੁਝ ਹੋ ਗਿਆ ਨਾ ਹੁਣ ਆਪਾਂ ਨੇ ਕਰਨਾ 23 ਇੰਚ ਛਾਤੀ ਦਾ ਹੁਣ 23 ਇੰਚ ਛਾਤੀ 'ਚ ਆਪਾਂ ਨੇ ਕੀ ਕਰਨਾ 13 ਆ ਵੀ ਸੇਮ ਪੌਣੇ 7 ਪੌਣੇ 8 ਮੋਡਾ ਸਾਰਾ ਕੁਝ ਸੇਮ ਆਹੀ ਕੁਸ਼ੀ ਆ ਪਲੇਟ ਵੀ ਉਹਦੀ 12:30 ਤੇ ਹੀ ਪੈਣੀ ਆ ਤੇ ਆਹ ਵਾਲੀ ਕਮਰ ਦਾ ਸਾਰਾ ਸੇਮ ਟੂ ਸੇਮ 23 ਤੇ 24 ਨੂੰ ਸੇਮ ਇਦਾਂ ਹੀ ਬਣਨਾ ਠੀਕ ਆ ਤੇ ਆਪਣੀਆਂ ਪਲੇਟਾਂ ਦੇ ਨਿਸ਼ਾਨ ਵੀ ਪੌਣੇ ਪੌਣੇ ਤਿੰਨ ਦੀ ਆ ਗੈਪ ਜਿਹੜੇ ਆਪਾਂ ਨੇ ਲਾਇਏ ਨੇ ਇਹਦੇ ਚ ਵਿਥ ਛੱਡੀ ਆ ਇਹ ਵੀ ਪੌਣੇ ਤਿੰਨ ਦੀ ਆ ਜਿਹੜੀ ਰੱਖੀ ਆਪਾਂ ਨੇ ਪੌਣੇ ਚਾਰ ਦੀ ਇਹ ਆਪਣਾ 23 ਇੰਚ ਛਾਤੀ 'ਚ ਵੀ ਇਦਾਂ ਹੀ ਚੱਲਣਾ ਵਾ ਫਿਰ 23 ਇੰਚ ਛਾਤੀ 'ਚ ਫਰਕ ਕੀ ਪਊਗਾ ਉਹਦੇ ਵਿੱਚ ਫਰਕ ਇਹ ਪਊਗਾ ਹੁਣ ਇਹ 12 ਇੰਚ ਤੇ ਆ 23 ਇੰਚ ਛਾਤੀ ਹੋਊਗੀ ਆਪਣੀ 11.5 ਤੇ 23 ਇੰਚ ਆਪਣੀ ਛਾਤੀ ਹੋਗੀ ਆਹ ਵਾਲੀ 11.5 ਤੇ 11.5 11 ਦੋਨਾ ਬਾਹੀ 11.5 ਹੋ ਗਿਆ ਆਪਣਾ 23 ਇਹ ਹੁਣ ਆਪਣਾ ਇਹਦੇ ਤੋਂ 11.5 ਅੱਧਾ ਇੰਚ ਆਪਣੀ ਛਾਤੀ ਘਾਟੀ ਇਹ ਛਾਤੀ ਘਟਣ ਦੇ ਨਾਲ ਇਹ ਤੋਂ ਬਸ ਆ ਇਦਾਂ ਹੀ ਪੌਣੇ ਤਿੰਨ ਇੱਕ ਤੱਕ ਹੀ ਆਪਣੀ ਆ ਕਾਟ ਆ ਜਾਣੀ ਆ ਬਸ ਇਹ ਪੁਆਇੰਟ ਫਿਰ ਪਨਹਿਸ ਨਾਲ ਮਲਾ ਦੇਣਾ ਇਹ ਤੋਂ ਅੱਧਾ ਇੰਚ ਆਪਣੀ ਛਾਤੀ ਘਟ ਜਾਣੀ ਆ ਠੀਕ ਆ 23 ਇੰਚ ਦਾ ਏ ਵਾਲਾ ਵਾ ਹੁਣ ਦੀਦੀ ਦਾ ਕਮੈਂਟ ਆਇਆ ਸੀ ਵੀ 23 ਇੰਚ 23 ਇੰਚ ਚ ਵੀ ਸਾਰਾ ਕੁਝ ਸੇਮ ਏਵੇਂ ਹੀ ਕਟਿੰਗ ਕਰਨੀ ਆ ਲੰਬਾਈ ਪੂਰੀ ਕਰ ਲਈ ਘੇਰਾ ਪੂਰਾ ਤੇ ਲੰਬਾਈ ਤਿਆਰ ਚ 3 ਪਲੱਸ ਕਰ ਲਿਆ ਹਿਪ ਦੇ ਵਿੱਚ 3 ਪਲੱਸ ਕਰ ਲਿਆ ਤੇ ਜਿਹੜੇ ਦੀਨ ਨੇ ਮੈਨੂੰ 23 ਇੰਚ ਛਾਤੀ ਕਿਹਾ ਸੀਗਾ ਨਾ ਪੂਨਮ ਦੀਦੀ ਤੇ ਉਹਨਾਂ ਨੇ ਹਿਪ ਘੱਟ ਆ ਛਾਤੀ ਜ਼ਿਆਦਾ ਵਾ ਤੇ ਉਹ ਜਿਹੜੀ चीज ਜ਼ਿਆਦਾ ਵਾ ਉਹ ਆਪਾਂ ਚੜਾਈ ਚ ਉਹਦੇ ਵਿੱਚ 3 ਪਲੱਸ ਕਰਨਾ ਵਾ ਠੀਕ ਹੈ ਚੜਾਈ ਆਪਾਂ ਨੇ ਉਹ ਰੱਖਣੀ ਆ ਕਿਉਂਕਿ ਆਪਾਂ ਨੇ ਚੜਾਈ ਪਹਿਲਾਂ ਉਹ ਉੱਥੇ ਤੱਕ ਪੂਰੀ ਕਰਕੇ ਰੱਖ ਲੈਣੀ ਆ ਤੇ ਇਸ ਤੋਂ ਅੱਗੇ ਹੁਣ ਮੈਂ ਆਪਣਾ ਹੋਰ ਕੀ ਇਹ 23 ਇੰਚ ਦਾ ਹੋ ਗਿਆ ਜਿਹੜਾ ਆਪਾਂ ਮੈਂ ਤੁਹਾਨੂੰ ਆ ਵੀ ਦੱਸਦਾ ਪਹਿਲਾਂ ਹਰੇਕ ਨਾਪ ਦੇ ਵਿੱਚ ਇਹ ਆਪਣਾ ਕਮਰ ਦਾ ਨਿਸ਼ਾਨ ਤਾਂ ਸਨ ਮੈਂ ਦੱਸਤਾ ਤੇ ਜਿਹੜਾ ਆਪਾਂ ਹਿੱਪ ਦਾ ਨਿਸ਼ਾਨ ਲਾਉਣਾ ਤੇ ਇਹ ਵਾਲਾ ਆਪਾਂ ਆਪਦੀ ਸਰੀਰ ਦੀ ਲੰਬਾਈ ਦੇ ਹਿਸਾਬ ਨਾਲ ਰੱਖ ਸਕਦੇ ਹਾਂ ਇਹਨੂੰ ਆਪਾਂ 13 13.5 14.5 15 ਤੱਕ ਜਿੱਥੇ ਤੱਕ ਆਪਾਂ ਚਾਕ ਪਾਉਣਾ ਚਾਹੁੰਦੇ ਆ ਉੱਥੇ ਤੱਕ ਆਪਾਂ ਇਹਨੂੰ ਰੱਖ ਸਕਦੇ ਆ ਆਪਾਂ 15 ਇੰਚ ਤੇ ਲਾ ਲੈਂਦੇ ਆ ਠੀਕ ਆ ਤੇ 15 ਇੰਚ ਤੇ ਲਾ ਲਿਆ ਤੇ ਹੁਣ ਇਧਰੋਂ ਦੀਦ ਨੇ 25 ਇੰਚ ਆਪਾਂ ਨੂੰ 25 ਇੰਚ ਹਿੱਪ ਕਿਹਾ ਸੀਗਾ ਤੇ ਇਦਾਂ 12.5 ਦੇ ਉੱਤੇ ਆਪਾਂ ਨੇ ਆਪਦੀ ਹਿੱਪ ਲਾ ਲੈਣੀ ਆ। ਇਦਾਂ ਲਾ ਕੇ ਇਹ ਆਪਾਂ ਜਿਹੜੀ ਇਹ ਤਾਂ ਆਪਾਂ ਹਿੱਪ ਤਾਂ ਇਧਰੋਂ ਇਦਾਂ ਮੈਨ ਲੈਣੀ ਆ ਪੂਰੀ ਤੇ ਆਹਾ ਜਿਹੜੀ ਛਾਤੀ ਵਾਲੇ ਪੁਆਇੰਟ ਤੋਂ ਲੈ ਕੇ 13.5 14.5 15.5 ਇਹ ਆਪਾਂ ਆਪਦੇ ਸਰੀਰ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਚਾਹ ਕ ਨੀਵੇਂ ਪਾਉਣਾ ਚਾਹੁੰਨੇ ਆ ਆਪਾਂ ਚਾਹ ਕ ਉੱਚੇ ਪਾਉਣਾ ਚਾਹੁੰਨੇ ਆ ਇਸ ਹਿਸਾਬ ਨਾਲ ਆਪਾਂ ਇਹ ਲੰਬਾਈ ਨੂੰ ਆਪਾਂ ਘੱਟ ਵੱਧ ਕਰ ਸਕਦੇ ਆ ਇਹ ਗੱਲ ਹੋ ਗਈ ਤੇ ਹੁਣ ਇਸ ਤੋਂ ਕਿ ਜਿਹੜਾ ਹੁਣ ਆਪਣਾ 23 ਇੰਚ ਛਾਤੀ ਆ ਤੇ ਫਿਰ ਉਸ ਦੀ ਥੋੜੀ ਜਿਵੇਂ ਕਮਰ ਘੱਟ ਹੋਊਗੀ ਇੱਥੋਂ ਕਮਰ ਘੱਟ ਜਾਣੀ ਆ ਇੱਥੋਂ ਬਸ ਫੀਟਿੰਗ ਬਣ ਜਾਣੀ ਆ ਸਾਰਾ ਹਿੱਪ ਘੱਟ ਹੋਊਗੀ ਫਿਰ ਇੱਥੋਂ ਇਦਾਂ ਬਸ ਆਹੀ ਫੀਟਿੰਗ ਬਣਨੀ ਆ ਉੱਪਰੋਂ ਸਾਰਾ ਕੁਝ 23 ਇੰਚ ਛਾਤੀ ਦਾ ਆਹੀ ਕੁਛ ਆ ਹੁਣ ਆਗੇ ਆਪਾਂ 22 ਇੰਚ ਛਾਤੀ ਤੇ ਇਹ ਜਿਵੇਂ ਹੁਣ 23 ਤੇ 24 ਛਾਤੀ ਦਾ ਸਾਰਾ ਕੁਝ ਸੇਮ ਉਵੇਂ ਹੀ ਆ ਤੇ ਆਪਾਂ ਨੇ ਇੱਥੋਂ ਬਸ ਫੀਟਿੰਗ ਕੱਟੀ ਆ 1/2 ਇੰਚ ਹੈ ਨਾ ਤੇ ਇਸੇ ਤਰ੍ਹਾਂ ਹੁਣ ਆਪਣਾ 21 ਤੇ 22 ਛਾਤੀ ਇਸੇ ਤਰ੍ਹਾਂ ਸੇਮ ਆਪਾਂ ਉਹਦਾ ਤੀਰਾ ਲਵਾਂਗੇ 21 ਤੇ 22 ਹੁਣ ਦੋਨੇ ਸੇਮ ਹੀ ਆ ਉਹਦੀ ਵੀ ਸਿਰਫ ਛਾਤੀ ਇੱਥੋਂ ਆਪਾਂ ਛਾਤੀ ਘਟੂਗੀ ਤੇ ਤੀਰਾ ਆਰਮਹੋਲ ਉਨਾ ਹੀ ਰਹੂਗਾ ਜਿੰਨਾ ਆਪਾਂ 21 ਦਾ ਆਪਾਂ ਚਾਹੇ 22 ਦਾ ਲੈ ਲਈਏ ਤੇ ਚਾਹੇ ਆਪਾਂ 21 ਦਾ ਲੈ ਲਈਏ ਠੀਕ ਆ ਉਹ ਆਪਣਾ ਤੀਰਾ ਉਨਾ ਹੀ ਰਹਿਣਾ ਤੇ ਹੁਣ ਆ ਦੇਖੋ ਆਪਾਂ ਨੇ 21 ਤੇ 22 ਛਾਤੀ ਦਾ ਲਾਉਨੇ ਆ ਤੀਰਾ ਲਾ ਲੈਣਾ ਪੂਰੇ 6.5 ਦੇ ਉੱਤੇ ਠੀਕ ਆ ਇੱਥੋਂ ਤੇ ਲੈ ਕੇ ਆਪਾਂ ਨੇ ਸਾਢੇ 6 ਦੇ ਉੱਤੇ ਤੀਰਾ ਲਾ ਲਿਆ ਤਾਂ ਇਹ ਕਟ ਗਿਆ ਨਹੀਂ ਤਾਂ ਥੋੜਾ ਸਾਢੇ 6 ਤੀਰਾ ਲਾ ਲਿਆ ਆਪਾਂ ਨੇ ਸਾਢੇ 7 1 ਇੰਚ ਜਿੰਨਾ ਤੀਰਾ ਲੈ ਲਿਆ ਆਪਾਂ ਨੇ ਉਹਦੇ ਤੋਂ 1 ਇੰਚ ਜ਼ਿਆਦਾ ਮੋਢਾ ਲਾ ਲੈਣਾ ਸਾਢੇ 7 ਆਪਣਾ ਹੁਣ ਬਣਦਾ ਇੱਥੇ ਠੀਕ ਹੈ ਤੇ ਹੁਣ ਆਹਾ ਵਾਲਾ ਜਿਵੇਂ ਆਪਾਂ ਉੱਪਰੋਂ ਸਾਢੇ 6 ਇੱਥੋਂ ਵੀ ਆਪਾਂ ਨੇ ਸਾਢੇ 6 ਦੀ ਨਿਸ਼ਾਨੀ ਲਾਉਣੀ ਆ ਮੋਢਾ ਲਾਉਣ ਨੂੰ ਇੱਥੋਂ ਵੀ ਆਪਾਂ ਨੇ ਆ ਦੇਖੋ ਸਾਢੇ 6 ਦੇ ਉੱਤੇ ਲਾ ਲੈਣਾ ਤੇ ਇਧਰੋਂ ਮੋਢਾ ਆਪਾਂ 7.5 ਲਾਰੇ 1 ਤੀਰੇ ਤੋਂ 1 ਇੰਚ ਜ਼ਿਆਦਾ ਹੁਣ ਆਪਾਂ ਇਹ ਦੇ ਨਾਲ ਸਿੱਧੀ ਇੰਚੀ ਟੇਪ ਲੈ ਕੇ ਇੰਨਾ ਤੀਰਾ ਕੱਟ ਗਏ ਠੀਕ ਆ ਪੁਆਇੰਟ ਕੱਟ ਕੇ 6.5 ਤੀਰਾ ਹੋ ਗਿਆ 7.5 ਮੋਢਾ ਹੋ ਗਿਆ ਇਥੋਂ ਇੰਨਾ ਆਪਣਾ ਮੋਢਾ ਕੱਢ ਗਿਆ ਆ ਦੇਖੋ ਇਹ 21 ਤੇ 22 ਛਾਤੀ ਹੋਗੀ ਆ ਦੇ ਇੱਥੇ ਤੱਕ ਠੀਕ ਆ ਇਦਾਂ ਕੀ ਫਰਕ ਪਿਆ ਇਹਦਾ ਇਹਦਾ 6.5 ਤੀਰਾ ਹੋ ਗਿਆ 7.5 ਮੋਢਾ ਹੋ ਗਿਆ ਇਹਦੇ ਤੋਂ ਥੋੜਾ ਜਿਹਾ ਪੁਆਇੰਟ ਆਪਣੇ ਮੋਢਾ ਘਟ ਗਿਆ ਥੋੜਾ ਜਿਹਾ ਪੁਆਇੰਟ ਆਪਣਾ ਤੀਰਾ ਘਟ ਗਿਆ ਠੀਕ ਆ ਹੁਣ ਆਪਣਾ ਇਸ ਤੋਂ ਬਸ ਇਹਦੇ ਤੇ ਬਾਕੀ 12.5 ਦੇ ਉੱਤੇ ਹੀ ਆਪਾਂ ਨੇ ਪਲੇਟਾਂ ਦਾ ਨਿਸ਼ਾਨ ਪਾਉਣਾ ਇਦਾਂ ਹੀ ਆਪਾਂ ਨੇ ਆ 2 ਇੰਚ ਦੀ ਗਲੇ ਵਾਲੀ ਨਿਸ਼ਾਨੀ ਲਾਉਣੀ ਆ ਇਸੇ ਹਿਸਾਬ ਦੇ ਨਾਲ ਹੀ ਜਿੰਨਾ ਆਪਣਾ ਇਹ 4 ਤੋਂ ਲੈ ਕੇ 6 ਇੰਚ ਤੱਕ ਬੈਕ ਦਾ ਡੀਪ ਨੈੱਕ ਆ ਇਹ ਉਸ ਹਿਸਾਬ ਨਾਲ ਹੀ ਬਣਾ ਤੇ ਜੇਕਰ ਆਪਾਂ ਹੁਣ ਇਹਦਾ ਵੀ ਨੈੱਕ ਨੀਚੇ ਨੂੰ 7 ਇੰਚ ਤੋਂ نیچے ਜਾਣਾ ਸ਼ੁਰੂ ਹੋ ਗਿਆ 6.5 ਤੋਂ ਹੀ نیچے ਜਾਣਾ ਸ਼ੁਰੂ ਹੋ ਗਿਆ ਫਿਰ ਆਪਾਂ ਇਹਦਾ ਵੀ ਤੀਰਾ ਘਟਦੇ ਘਟਦੇ ਪੌਣੇ 6 ਤੇ ਆ ਜਾਾਂਗੇ ਠੀਕ ਆ 21 ਤੇ 22 ਛਾਤੀ ਨੂੰ ਪੌਣੇ 6 ਤੀਰਾ ਕਰਦਾਂਗੇ ਜਦੋਂ ਆਪਣਾ 6.5 7 ਤੋਂ ਦੀਪ ਹੋਣਾ ਸ਼ੁਰੂ ਹੋ ਗਿਆ ਠੀਕ ਆ ਇਹ ਹੋ ਗਿਆ 21 ਤੇ 22 ਦਾ ਆਪਾਂ ਨੇ ਹੁਣ ਕੀ ਕੀ ਫਰਕ ਪਿਆ ਆ ਵੀ ਆਪਾਂ ਨੇ ਇਦਾਂ 2 ਇੰਚ ਲਕੜੀਆਂ ਜਦੋਂ ਆਪਾਂ neck 6.5 ਤੋਂ 7 ਤੋਂ نیچے ਹੋਣਾ ਸ਼ੁਰੂ ਹੋ ਗਿਆ ਫਿਰ ਆਪਾਂ ਉਹਦਾ ਵੀ ਆਪਾਂ ਇੱਥੋਂ 1.5 ਇੰਚ ਕਰ ਦੇਣਾ ਆ ਉਹਦੇ ਵੀ ਆਪਾਂ ਹਰੇਕ ਦੇ ਗਲੇ ਇਦਾਂ ਹੀ ਪਾਉਣੇ ਆ ਤੇ ਜੇਕਰ ਤਾਂ ਉੱਤੋਂ ਆਪਾਂ ਨੇ 1.5 ਇੰਚ ਦੀ ਨਦੀਪ ਨੈਕ ਲਈ 1.5 ਇੰਚ ਲਾ ਲਿਆ ਤਾਂ ਤਾਂ ਹੇਠੋਂ 2.5 ਇੰਚ ਲਾ ਕੇ ਆਪਾਂ ਨੇ ਇਦਾਂ ਆਇਨ ਗੁਲਾਈ ਪਾਉਣੀ ਆ ਠੀਕ ਆ ਤੇ ਜੇਕਰ ਆਪਾਂ ਨੇ ਉੱਪਰੋਂ 2 ਇੰਚ ਲਾਇਆ ਹੋਇਆ ਤਾਂ ਨੀਚੋਂ 3 ਇੰਚ ਦੀ ਇਦਾਂ ਲਾਈਨ ਖਿੱਚ ਕੇ ਫਿਰ ਆਪਾਂ ਉਹਦੇ ਨਾਲ ਇਦਾਂ ਮਿਲਾ ਕੇ ਫਿਰ ਆਪਾਂ ਨੇ ਇਦਾਂ ਕਰਕੇ ਗੁਲਾਈਆਂ ਪਾਉਣੀਆਂ ਨੇ ਫਿਰ ਬਹੁਤ ਸੋਹਣੀਆਂ ਗੁਲਾਈਆਂ ਪੈਂਦੀਆਂ ਨੇ ਜੇਕਰ ਬੁਕਰਮਾ ਵਾਲਾ ਬਣਾਉਣਾ ਤੇ ਫਿਰ ਆਪਾਂ ਨੇ ਬਾਅਦ ਵਿੱਚ ਕਟਿੰਗ ਕਰਨੀ ਆ ਪਹਿਲਾਂ ਬੁਕਰਮਾ ਵਾਲਾ ਬਣਾਉਣਾ ਫਿਰ ਵੀ ਇੱਥੋਂ ਆ ਤੇ ਹੁਣ ਦੇਖੋ 21 ਤੇ 22 ਦਾ ਹੁਣ ਇੱਥੇ ਤੱਕ ਹੋ ਗਿਆ ਆਪਣਾ 6.5 3 ਦਾ 7.5 ਮੋਢਾ ਇੰਨਾ ਕੁ ਮੋਢਾ ਉੱਚਾ ਹੋ ਗਿਆ ਤੇ ਹੁਣ 21 22 ਹੁਣ ਆਪਾਂ ਨੇ ਇੱਥੇ ਛਾਤੀ ਦਾ ਨਿਸ਼ਾਨ ਲਾਉਣਾ ਦਾ ਤੇ ਹੁਣ ਪਹਿਲਾਂ ਆਪਾਂ ਲਾ ਲਈਏ 21 ਇੰਚ ਛਾਤੀ ਦਾ 21 ਇੰਚ ਛਾਤੀ ਕਿੰਨੇ ਤੇ ਆਊਗੀ ਆ ਦੇਖੋ 10.5 ਦੇ ਉੱਤੇ 10 ਦੇ ਉੱਤੇ 20 10.5 ਦੇ ਉੱਤੇ 21 ਇੰਚ ਛਾਤੀ ਤੇ ਫਿਰ ਆਪਣੀ ਆ ਆ ਚੁਗੀ 11 ਇੰਚ ਦੇ ਤੇ 22 ਇੰਚ ਛਾਤੀ ਆ ਗਈ ਆਪਣੀ 12 ਇੰਚ ਤੇ ਇਹ ਤੋਂ ਫਿਟਿੰਗ ਘਟੀ ਇਹ ਦੀ ਥੋੜੇ ਥੋੜੇ ਪੁਆਇੰਟਾਂ ਦੀ ਬਸ ਫਿਟਿੰਗ ਦਾ ਫਰਕ ਪਿਆ ਤੇ ਫਿਰ ਆਪਾਂ ਨੇ ਇਹ ਜਿਹੜੀ ਪੌਣੇ 3 ਤੇ ਪਾਈ ਆ ਬਸ ਇਹਦਾ ਫਰਕ ਪੈ ਜਾਣਾ ਵਾ ਜਿਹੜੀ ਆਪਾਂ ਨੇ 23 ਤੇ 24 ਦੀ ਪੌਣੇ 3 ਦੇ ਉੱਤੇ ਆਪਾਂ ਨੇ ਆਹ ਵਾਲੀ ਕਾਟ ਦੀ ਨਿਸ਼ਾਨੀ ਪੌਣੇ 3 ਤੇ ਲਾਈ ਆ ਇਹ ਦੀ ਆਪਾਂ ਨੇ 2.5 ਇੰਚ ਤੇ ਲੈ ਆਉਣੀ ਆ ਇਦਾਂ ਕੋਰਨਰ ਤੋਂ 2.5 ਇੰਚ ਤੇ बस ਆ ਵਾਲੀ ਥੋੜੀ ਜੀ ਘਾਟ ਘਟ ਜਾਣੀ ਆ ਆਪਣੀ 21 ਤੇ 22 ਛਾਤੀ ਦੀ ਇਹ 3.5 ਇੰਚ ਤੇ ਆ ਜਾਣੀ ਆ ਫਿਰ ਆਪਾਂ ਨੇ ਇਹ ਵਾਲੀ ਫਿਟਿੰਗ ਨੂੰ 3.5 ਇੰਚ ਦੇ ਨਾਲ ਇਦਾਂ ਮਲਾ ਕੇ ਆਪਾਂ ਇਸ ਵਾਲੇ ਮੋਢੇ ਨਾਲ ਮਲਾ ਦੇਣਾ ਇਸ ਵਾਲੇ ਮੋਢੇ ਨਾਲ ਠੀਕ ਆ ਇਦਾਂ ਤੇ ਹੁਣ ਜੇਕਰ ਤੁਹਾਨੂੰ ਇਹ ਸਮਝ ਜੀ ਨਹੀਂ ਆ ਰਹੀ ਕਾ ਸਾ ਵਿੱਚ ਰਲਾ ਜਿਹਾ ਹੋ ਗਿਆ ਤੇ ਹੁਣ ਮੈਂ 21 ਤੇ 22 ਛਾਤੀ ਆ ਜਿਹੜੀ ਹੁਣ ਮੈਂ ਦੂਜੇ ਪਲੇਨ ਪਾਸੇ ਸਾਰਾ 21 ਤੇ 22 ਛਾਤੀ ਦਾ ਲਾ ਕੇ ਨਾ ਸਾਰਾ ਫਿਰ ਮੈਂ ਉਹੀ ਕਟਿੰਗ ਕਰਕੇ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਆਹ ਵਾਲਾ ਤੁਹਾਨੂੰ ਦੱਸਾਂ ਮੈਂ ਸਾਢੇ 6 ਕਮਰ ਦਾ ਨਿਸ਼ਾਨ ਵੀ ਸਾਢੇ 6 ਤੇ ਹੀ ਰਹੂਗਾ ਆ ਆਪਾਂ ਆਪਣੀ ਸ਼ਰੀਰ ਦੇ ਹਿਸਾਬ ਨਾਲ ਲਾਵਾਂਗੇ ਹੈਪ ਆਹ ਛਾਤੀ ਵਾਲੇ ਪੁਆਇੰਟ ਤੋਂ ਲਾਵਾਂਗੇ ਠੀਕ ਆ ਤੇ ਬਾਕੀ ਫਿਰ ਆਪਦੀ ਕਮਰ ਤੇ ਹੈਪ ਲਾ ਕੇ ਆਪਾਂ ਆਪਦੀ ਫਿਟਿੰਗ ਬਣਾਵਾਂਗੇ ਤੇ ਆਹ ਵਾਲੀਆਂ ਪਲੇਟਾਂ ਵੀ 21 22 ਦੇ ਸਾਢੇ 12 ਤੇ ਹੀ ਪਹਿਣੀਆਂ ਨੇ ਤੇ ਫਿਰ 21 22 ਦੀ ਆਪਾਂ ਇਹਨੇ ਪੌਣੇ 3 ਇੱਥੋਂ ਆਪਾਂ ਨੇ ਬੈਥ ਰੱਖੀ ਹੋਈ ਆ ਹੈਨਾ 21 22 ਦੀ ਆਪਾਂ ਨੇ ਇਹ 2.5 ਇੰਚ ਤੇ ਕਰ ਦਾਂਗੇ ਫਿਰ ਆਹ ਥੋੜੀ ਜਿਹੀ ਵਿਥ ਘਟ ਜੂਗੀ 2.5 ਇੰਚ ਤੇ ਹੋ ਜੂਗੀ ਠੀਕ ਆ 21 ਤੇ 22 ਦੀ ਬਸ ਆਹ ਵਾਲਾ ਜਿਹੜਾ ਆਪਾਂ ਨੇ ਪੌਣੇ 4 ਰੱਖਿਆ ਵਾ ਇਹ ਵਾਲਾ ਇਹ ਪੌਣੇ 4 ਹੀ ਰਹੂਗਾ 21 ਤੇ 22 ਦਾ ਵੀ ਪੌਣੇ 4 ਹੀ ਰਹੂਗਾ ਤੇ 20 ਇੰਚ ਛਾਤੀ ਤੱਕ ਇਹ 3.5 ਤੱਕ ਤੇ ਫਿਰ 21 22 ਤੇ 23 24 ਨੂੰ ਇਹ ਪੌਣੇ 4 ਤੇ ਹੀ ਇਹਦੀ ਆਹ ਵਿਥ ਪੌਣੇ 4 ਤੇ ਰਹੂਗੀ ਠੀਕ ਆ ਤੇ ਹੁਣ ਆਪਾਂ ਨੇ ਮੈਂ ਤੁਹਾਨੂੰ 21 ਤੇ 22 ਦਾ ਦੁਬਾਰੇ ਸਾਰਾ ਨਾਪ ਲਾ ਕੇ ਦਿਖਾਉਣੀ ਆ ਤੇ ਆ ਦੇਖੋ ਹੁਣ ਆਪਾਂ ਤਿਆਰ ਲੰਬਾਈ ਦੇ ਵਿੱਚ 3 ਪਲੱਸ ਕਰ ਲਿਆ ਤਿਆਰ ਹਿਪ ਚ ਆਪਾਂ ਨੇ 3 ਪਲੱਸ ਕਰ ਲਿਆ ਤੇ ਜਿਵੇਂ ਹੁਣ ਜਿਹੜੀ ਛਾਤੀ ਕਮਰ ਹਿਪ ਘੇਰਾ ਜਿਹੜੀ ਚੀਜ਼ ਆਪਣੀ ਜ਼ਿਆਦਾ ਵਾ ਤੇ ਘੇਰਾ ਤਾਂ ਹਮੇਸ਼ਾ ਆਪਾਂ ਹਿਪ ਜਿਨਾ ਰੱਖਦੇ ਆ ਭਾਰੀ ਨਾ ਆਪਾਂ ਜੇ ਆਪਾਂ ਘੇਰਾ ਥੋੜਾ ਜਿਹਾ ਘਟਾ ਦਿੰਨੇ ਆ ਠੀਕ ਆ 24 ਤੋਂ ਬਾਅਦ ਫਿਰ ਆਪਾਂ ਥੋੜਾ ਥੋੜਾ ਘੇਰਾ ਕਟਾ ਦਿੰਨੇ ਆ हिਪ ਆਪਣੀ ਸਭ ਤੋਂ ਜ਼ਿਆਦਾ ਹੁੰਦੀ ਆ ਇਸ ਕਰਕੇ ਆਪਾਂ हिਪ ਦੇ ਵਿੱਚ 3 ਪਲੱਸ ਕਰਕੇ ਆਪਾਂ ਚੜਾਈ ਕਰਕੇ ਪੂਰੀ ਲੰਬਾਈ ਪੂਰੀ ਕਰਕੇ ਆਪਾਂ ਇਹਨੂੰ ਫੋਲਡ ਕਰਕੇ ਕੱਪੜੇ ਨੂੰ ਰੱਖ ਲੈਣਾ ਫਿਰ ਫੋਲਡ ਸਾਈਡ ਤੋਂ ਹੁਣ ਆਪਾਂ ਨੇ ਲੈਣਾ 21 22 ਦਾ ਨਾਪ ਤੇ 21 22 ਛਾਤੀ ਦਾ ਨਾਪ ਲਾਵਾਂਗੇ ਆਪਾਂ ਹੁਣ 6.5 21 22 ਛਾਤੀ ਦਾ ਨਾਪ ਆਊਗਾ 6.5 ਦੇ ਉੱਤੇ ਤੀਰਾ ਆ ਬੜਾ 6.5 ਠੀਕ ਆ 6.5 ਦੇ ਉੱਤੇ ਆਪਾਂ ਤੀਰਾ ਲਾ ਲਿਆ ਇੱਥੋਂ ਐ ਪੂਰਾ ਮਣਕੇ ਸਹੀ ਇੱਥੋਂ ਮਣਕੇ 6.5 ਦੇ ਉੱਤੇ ਆਪਾਂ ਤੀਰਾ ਲਾ ਲਿਆ 7.5 ਆਪਾਂ ਨੇ ਮੋਢਾ ਲਾ ਲੈਣਾ ਜਿਹੜਾ ਆ 7.5 ਆਪਾਂ ਨੇ ਇਹ ਮੋਢਾ ਲਾਉਣਾ ਵੈਸੇ ਉਹਨੇ ਤੁਹਾਨੂੰ ਉਧਰ ਸਾਰਾ ਦੂਜੀ ਮੂਰੇ ਪਹਿਲਾਂ ਦੱਸ ਚੁੱਕੀ ਆ ਤੇ 7.5 ਇੱਥੋਂ ਵੀ ਆਪਣਾ 6.5 ਇੱਥੋਂ ਵੀ 6.5 ਮਣਕੇ ਆਪਾਂ ਨੇ ਆਪਦਾ ਪੂਰਾ 6.5 ਲਾ ਲੈਣਾ ਆ ਦੇਖੋ ਸਾਢੇ 6 ਦੇ ਉੱਤੇ ਆ ਦੇ ਸਾਢੇ 6 ਦੇ ਉੱਤੇ ਲਾ ਕੇ ਇਹਦੀ ਸੇਧ ਦੇ ਨਾਲ ਆਪਾਂ ਨੇ ਆਪਦਾ ਸਾਢੇ 7 ਵਾਲਾ ਮੋਢਾ ਇਹਦੀ ਸੇਧ ਨਾਲ ਆ ਲੈਣਾ ਠੀਕ ਆ ਇੱਥੋਂ ਵੀ ਸਾਢੇ 6 ਇੱਥੋਂ ਵੀ ਸਾਢੇ 6 ਤੀਰੇ ਤੋਂ 1 ਇੰਚ ਜ਼ਿਆਦਾ ਸਾਢੇ 7 ਮੋਢਾ ਤੇ ਫਿਰ ਆਪਾਂ ਨੇ ਇਧਰ ਨੂੰ ਇਦਾਂ ਮੈਲਾ ਦੇਣੀ ਆ ਡੱਬਾ ਬਣਾ ਦੇਣਾ ਇਧਰ ਫੋਲਡ ਸਾਈਡ ਇਧਰ ਰੱਖਣੀ ਆ ਤੇ ਇਦਾਂ ਹੀ 2 ਇੰਚ ਆਪਾਂ ਨੇ ਇਹਦਾ ਗਲੇ ਦਾ ਤੇ ਇਹਦਾ ਬਸ ਕੀ ਮੈਂ ਤੁਹਾਨੂੰ ਕਾਟ ਦੱਸ ਦਿੰਨੀ ਆ ਨਾਲ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਣੀ ਆ ਇਹਦੀ ਤੁਹਾਨੂੰ ਦੱਸਿਆ ਪਲੇਟਾਂ ਕਮਰ ਨਿਸ਼ਾਨੀ ਸਾਰਾ ਕੁਝ ਉਹ ਉਵੇਂ ਹੀ ਰਹਿਣੀ ਆ 12.5 ਤੇ ਆਹ ਵਾਲੀਆਂ ਪਲੇਟਾਂ ਤੇ ਆਹ ਡਿਸਟੈਂਸ ਇਹਦਾ 2.5 ਇੰਚ ਹੋ ਜਾਣੀ ਆ ਮੈਂ ਤੁਹਾਨੂੰ ਵਿਚਾਰੂ ਲਾ ਕੇ ਦੱਸ ਦਿਆਂ ਸਾਰਾ ਕੁਝ ਪਹਿਲਾਂ ਤੇ ਹੁਣ ਆਪਾਂ ਨੇ ਆਹ ਡੱਬਾ ਬਣਾਉਣ ਤੋਂ ਬਾਅਦ ਆਪਾਂ ਛਾਤੀ ਦਾ ਨਿਸ਼ਾਨ ਲਾ ਲਈਏ 21 ਤੇ 22 ਦਾ ਆਹ ਦੇਖੋ ਇੱਥੋਂ ਆਪਾਂ ਇਧਰੋਂ ਫੋਲਡ ਸਾਈਡ ਤੋਂ 10.5 ਦੇ ਉੱਤੇ 21 ਦਾ ਲਾ ਲਿਆ 11 ਇੰਚ ਦੇ ਉੱਤੇ ਆਪਾਂ ਨੇ 22 ਦਾ ਨਿਸ਼ਾਨ ਲਾ ਲਿਆ ਠੀਕ ਆ ਆਪਾਂ ਨੇ ਦੋਨੇ 21 ਤੇ 22 ਛਾਤੀ ਦੇ ਨਿਸ਼ਾਨ ਲਾ ਲਏ ਨੇ ਤੇ ਹੁਣ ਆਪਾਂ ਨੇ 21 22 ਨੂੰ ਇੱਥੋਂ 2.5 ਇੰਚ ਕਾਰਨਰ ਤੋਂ 2.5 ਇੰਚ ਰੱਖ ਕੇ ਇੱਥ ਪੂਰੇ ਢਾਈ ਇੰਚ ਦੇ ਠੀਕ ਆ ਬਸ ਉਹ 23 ਤੇ 24 ਚ ਪਾਉਣੇ ਤਾਂ ਇਹਨਾਂ ਦੀ ਕਾਟ ਪੈਗੀ ਇਹ ਦੇ ਵਿੱਚ ਪੈਗੀ ਢਾਈ ਇੰਚ ਦੀ ਠੀਕ ਆ ਇਹ ਤੋਂ ਬਸ ਇਦਾਂ ਹੀ ਆਪਾਂ ਨੇ ਆਹ ਵਾਲੇ ਪੁਆਇੰਟ ਨਾਲ ਛਾਤੀ ਨਾਲ ਮਲਾ ਦੇਣਾ ਇਹ ਵਾਲੀ ਕਾਟ ਉਦਾਂ ਹੀ ਪੈਣੀ ਆ ਇਹ ਦੀ ਥੋੜੀ ਜੀ ਇਹ ਇਹਦੇ ਵੀ ਇਹਦੇ ਨਾਲ ਹੀ ਮਲਾ ਦੇਣਾ ਇੱਥੋਂ ਸਿਉਣ ਮਾਰਨ ਲੱਗੇ ਇੱਥੇ ਸਿਉਣ ਮਾਰਨੀ ਆ ਤੇ ਆਹ ਵਾਲੀ ਬਾਹੀ ਦੀ ਮਾਰਾਂਗੇ ਤਾਂ ਇੱਥੋਂ ਇੱਥੋਂ ਗਮਾਰੀ ਜੀ ਖੁੱਲ ਜੂਗੀ ਬਸ ਇੱਥੇ ਲੱਗ ਜਾਣੀ ਆ ਇਹਦੀ ਤੇ ਹੁਣ ਆਪਣੇ ਇੱਥੋਂ ਇਹਦੇ ਨਾਲ ਢਾਈ ਇੰਚ ਦੇ ਨਾਲ ਪੁਆਇੰਟ ਨਾਲ ਮਲਾ ਕੇ ਇੱਥੋਂ ਵੀ ਢਾਈ ਕੈਂਚ ਦਾ ਤੁਹਾਨੂੰ ਦੱਸਿਆ ਇੱਥੇ ਤੱਕ ਨਿਸ਼ਾਨੀ ਇਥੋਂ ਆਪਾਂ ਨੇ ਇਹਦੇ ਨਾਲ ਇਦਾਂ ਕਰਕੇ ਲਾ ਦੇਣੀ ਹੈ ਇਹ ਤਾਂ ਹੋ ਗਈ ਆਪਣੀ ਬੈਕ ਦੇ ਖੰਡੇ ਦੇ ਦੋਨੇ ਪੱਲੇ ਪਏ ਨੇ ਤਾਂ ਆਪਾਂ ਇਦਾਂ ਇਹਦੀ ਕਟਿੰਗ ਕਰ ਦੇਣੀ ਹੈ ਤੇ ਹੁਣ ਇਸੇ ਪੁਆਇੰਟ ਤੋਂ ਆਪਾਂ ਨੇ 1 ਇੰਚ ਫਰੰਟ ਦੀ ਕਾਟ ਪਾਉਣੀ ਹੈ 1 ਇੰਚ ਆ ਦਿਖੋ ਇਹਦੇ ਤੋਂ ਲਾਈਨ ਤੋਂ ਲੈ ਕੇ ਆਹ ਵਾਲੀ ਤੱਕ 1 ਇੰਚ ਪੂਰੀ ਇੱਥੇ ਨਿਸ਼ਾਨੀ ਲਾ ਲਈ ਤੇ ਇਦਾਂ ਕਰਕੇ ਆਪਾਂ ਨੇ ਇਹਦੀ ਫਰੰਟ ਦੀ ਕਾਟ ਪਾ ਦੇਣੀ ਹੈ ਮ ਇਹਦਾ ਕਰਕੇ ਇਦਾਂ ਠੀਕ ਹੈ ਇਹ ਫਰੰਟ ਦੀ ਘਾਟ ਹੋ ਗਈ ਹੁਣ ਆਪਾਂ ਨੇ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਣੀ ਹੈ ਕਿਉਂਕਿ ਉਹਦੇ ਵਿੱਚ ਮੈਂ ਸਾਰੀਆਂ ਪਲੇਟਾਂ ਪਲੂਟਾਂ ਬਾਰੇ ਤੁਹਾਨੂੰ ਦੱਸ ਸਕਦਾ ਇਹਦੇ ਵੀ ਹੁਣ 21 22 ਦੇ 6.5 ਦੇ ਉੱਤੇ ਆਪਾਂ ਨੇ ਲਾਉਣੀਆਂ ਮੈਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਲਾ ਕੇ ਦੱਸ ਦਿੰਨੀ ਆ ਪਹਿਲਾਂ ਆ ਦੇਖੋ ਪਲੇਟ ਆਪਣੀ 12.5 ਦੇ ਉੱਤੇ 6.5 ਦੀ ਪਲੇਟ 3.5 ਦਾ ਗੈਪ 21 22 36 ਲਈ ਤੇ ਆ ਆਪਣੀ ਇਥੋਂ 2.5 ਇੰਚ ਦਾ ਗੈਪ ਆ ਵੀ 2.5 ਇੰਚ ਦਾ ਗੈਪ ਆ ਵਾਲਾ ਡਿਸਟੈਂਸ 3.5 ਠੀਕ ਆ ਆ ਟਾਈਟ ਆ ਇੰਚ ਦੀ ਹੋਗੀ ਇੱਥੋਂ ਆਪਾਂ ਕਮਰ ਨਾਲ ਮਲਾਤੀ ਇੱਥੋਂ ਆਪਾਂ ਆਹ ਵਾਲੇ ਸਿੱਧੀ ਕਾਰਨਲ ਨਾਲ ਨਾਲ ਮਲਾਤੀ ਠੀਕ ਆ ਤੇ ਹੁਣ ਆਪਾਂ ਇਹਦੀ ਵੀ ਆਪਾਂ 6.5 ਦੇ ਉੱਤੇ ਕਮਰ ਦੀ ਨਿਸ਼ਾਨੀ ਲਾਈ ਆ 21 22 23 24 ਤੱਕ ਆਪਣਾ ਕਮਰ ਦਾ ਨਿਸ਼ਾਨ 6.5 ਤੱਕ ਆ ਜਣਾ ਇਸ ਤੋਂ ਅੱਗੇ ਆਪਣਾ ਜਿਉਂ-ਜਿਉਂ ਪਲੇਟ ਨੇ نیچے ਹੋਣਾ ਸ਼ੁਰੂ ਹੋ ਜਾਣਾ ਤੇ ਥੋੜਾ ਥੋੜਾ ਆਪਣਾ ਕਮਰ ਦੇ ਨਿਸ਼ਾਨ ਨੇ نیچے ਹੋਣਾ ਸ਼ੁਰੂ ਹੋ ਜਾਣਾ ਹੋ ਗਿਆ ਤੇ ਹੁਣ ਆਪਣਾ ਇਸ ਤੋਂ ਅੱਗੇ ਇੱਥੋਂ ਆਪਾਂ 2 ਇੰਚ ਹੀ ਰੱਖਣਾ ਵਾ ਤੇ ਹੁਣ ਆਪਾਂ ਨੇ ਨੀਚੋਂ ਜਿਉਂਪਾ 2 ਇੰਚ ਰੱਖਿਆ ਤਾਂ ਨੀਚੋਂ 3 ਇੰਚ ਜਿੰਨਾ ਆਪਣਾ ਦੀਪ ਨਿਕ ਹੈਗਾ ਆਪਾਂ ਲਾ ਲੈਣਾ ਤੇ ਹੁਣ ਇਹਦੇ 21 22 ਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਇਹੀ ਦੱਸਿਆ ਵਾ ਕਿ ਇਦਾਂ ਬਲਾ ਦੇਣਾ ਇਹਨਾਂ ਨੂੰ ਪਹਿਲਾਂ ਜੇ ਤਾਂ ਬੁਕਰਮ ਪਾਉਣੀ ਆ ਫਿਰ ਤਾਂ ਬਾਅਦ ਵਿੱਚ ਗਲਾਈ ਪਾਉਣੀ ਆ ਬਾਅਦ ਵਿੱਚ ਕਟਿੰਗ ਕਰਨੀ ਆ ਤੇ ਜੇਕਰ ਰੇਵ ਟੇਪਾਂ ਲਾਉਣੀ ਆ ਫਿਰ ਤੁਸੀਂ ਇਦਾਂ ਗਲਾਈ ਪਾ ਕੇ ਇਹਦੀ ਪਹਿਲਾਂ ਕਟਿੰਗ ਕਰਦੇ ਫਿਰ ਰੇਵ ਟੇਪਾਂ ਲਾ ਲਿਓ ਤੇ ਇਹ ਹੋ ਗਏ ਗਲੇ ਇੱਥੋਂ ਆਪਾਂ 2 ਇੰਚ ਹੀ ਰੱਖਣਾ ਤੇ ਜੇ ਆਪਾਂ ਡੀਪ ਕਰ ਲਿਆ 6.5 ਤੋਂ 7 ਤੋਂ نیچے ਜਾਣਾ ਸ਼ੁਰੂ ਹੋ ਗਿਆ ਫਿਰ ਆਪਾਂ ਇੱਥੋਂ 1.5 ਇੰਚ ਕਰ ਦੇਣਾ ਤੇ ਇੱਥੋਂ ਆਪਾਂ ਨੇ ਪੌਣੇ 30 ਰਾ ਪੌਣੇ 7 ਪੌਣੇ 6 ਕਰ ਦੇਣਾ ਤੇ ਪੌਣੇ 6 ਤੀਰਾ ਕਰ ਦੇਣਾ 7 ਇੰਚ ਮੋਢਾ ਕਰ ਦੇਣਾ ਪੌਣੇ 6 ਤੀਰਾ ਕਰ ਦੇਣਾ 7 ਇੰਚ ਮੋਢਾ ਕਰ ਦੇਣਾ 7.5 ਆ ਫਿਰ ਆਪਾਂ ਨੇ ਇਹਨੂੰ ਥੋੜਾ ਜਿਹਾ 7 ਇੰਚ ਤੇ ਲੈਣ ਅੱਧਾ ਇੰਚ ਮੋਢਾ ਥੋੜਾ ਜਿਹਾ ਘੱਟ ਕਰ ਦੇਣਾ ਡੀਪ ਨੈਕ ਹੋਊਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਕੀ ਕੀ ਫਰਕ ਪਿਆ ਵਾ ਤਾਂ ਇਹ ਉਹਦੀ ਆਪਾਂ ਨੇ 23 ਤੇ 24 ਪੌਣੇ 3 ਤੇ ਕਾਟ ਪਾਈ ਸੀ ਪੌਣੇ 3 3 ਦੀ ਆਪਾਂ ਨੇ ਆਹ ਡਿਸਟੈਂਸ ਰੱਖੀ ਸੀ ਪੌਣੇ 4 ਦੀ ਆਹ ਰੱਖੀ ਸੀ ਇਹਦੀ ਆਪਾਂ 3.5 ਦੀ ਰੱਖੀ ਆ 2.5 2.5 ਇੰਚ ਦੀ ਆਪਾਂ ਨੇ ਆਹ ਡਿਸਟੈਂਸ ਰੱਖੀ ਆ ਤੇ ਇਹਦੀ ਆਪਾਂ ਤੇ ਆਪਣਾ ਕਮਰ ਦਾ ਨਿਸ਼ਾਨ 6.5 ਤੇ ਹੀ ਆ ਤੇ ਹੋਰ ਹੁਣ ਪਹਿਲੀ ਕਟਿੰਗ ਕਰਦੀ ਆ ਪਹਿਲਾਂ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਦੀ ਆ ਆਪਾਂ ਇਹਦੀ ਕਿਵੇਂ ਕਰਨੀ ਆ ਹੁਣ ਦੇਖ ਬੈਕ ਤੇ ਫਰੰਟ ਦਾ ਦੋਨਾਂ ਕੱਠਿਆਂ ਦਾ ਪਿਆ ਠੀਕ ਆ ਤੇ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਇੱਥੋਂ ਦੋਨਾਂ ਦੀ ਪਿਆ ਦੀ ਇਹਦੀ ਕਟਿੰਗ ਕਰ ਦੇਣੀ ਆ ਬੈਕ ਤੇ ਫਰੰਟ ਦੇ ਦੋਨੇ ਪੱਲੇ ਪਈ ਸੀ ਨਾ ਆਪਾਂ ਨੇ ਆ ਪਿਛਲੀ ਕਟਿੰਗ ਕਰਤੀ 2.44 ਕਾਰਡ ਵਾਲੀ ਕਟਿੰਗ ਕਰਤੀ ਦੋਨੇ ਪੱਲਿਆਂ ਦੀ ਕਰਤੀ ਕਟਿੰਗ ਹੈ ਨਾ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਛੋਟਾ ਨੈਕ ਆ ਜੇ ਤਾਂ ਫਰੰਟ ਦਾ ਛੋਟਾ ਤਾਂ ਪਹਿਲਾਂ ਫਰੰਟ ਦਾ ਕਟਿੰਗ ਕਰ ਲਓ ਤੇ ਜੇਕਰ ਬੈਕ ਦਾ ਛੋਟਾ ਵਾ ਨੈਕ ਵਾ ਤਾਂ ਉਹਦੀ ਕਟਿੰਗ ਕਰ ਲਓ ਪਹਿਲਾਂ ਤੇ ਜੇਕਰ ਬੁਗਰਾ ਪਾਉਣੀ ਫੇਰ ਨਹੀਂ ਜਿਹਦੀ ਗਲੇ ਦੀ ਕਟਿੰਗ ਕਰਨੀ ਹੈਗੀ ਠੀਕ ਆ ਤੇ ਹੁਣ ਆਪਾਂ ਨੇ ਕੀ ਕਰਨਾ ਇਦਾਂ ਆ ਇਹਦੇ ਵਿੱਚੋਂ ਆ ਫਰੰਟ ਦਾ ਪਰੇ ਕਰ ਦੇਣਾ ਆਹ ਵळा ਆਪਾਂ ਨੇ ਫਰੰਟ ਦਾ ਪਰੇ ਕਰ ਲੈਣਾ ਇਹਨੂੰ ਬੈਕ ਦਾ ਕੱਢ ਦੇਣਾ ਵਿੱਚੋਂ ਇਦਾਂ ਕਰਕੇ ਕੱਢ ਦੋ ਕਿਉਂਕਿ ਹੁਣ ਆਪਣੀ ਇਹਦੇ ਤੇ ਫਰੰਟ ਦੇ ਉੱਤੇ ਨਿਸ਼ਾਨੀ ਇਹਦੇ ਤੇ ਲਾਈ ਹੋਈ ਹੈ ਨਾ ਇਦਾਂ ਕਰਕੇ ਬਾਹਰ ਕੱਢ ਦੇਣਾ ਆਪਾਂ ਨੇ ਕਿਦਾਂ ਕਰਨਾ ਇਹਨੂੰ ਦੇਖੋ ਇਹਦੇ ਵਿੱਚੋਂ ਬੈਕ ਵਾਲੇ ਨੂੰ ਆਪਾਂ ਨੇ ਆਹ ਪਰੇ ਕੱਢਤਾ ਠੀਕ ਹੈ ਮੈਂ ਬਾਕੀ ਇਹ ਚ ਕਟਿੰਗ ਦੱਸਦੀ ਨਹੀਂ ਹੁੰਦੀ ਹੈਗੀ ਕਿਉਂਕਿ ਮੈਂ ਫਿਰ ਹਰੇਕ ਦੀ ਕਟਿੰਗ ਨਹੀਂ ਕਰ ਦਿੰਦੀ ਨਾਪ ਹਰੇ ਸਾਰੇ ਦੱਸਣੇ ਹੁੰਦੇ ਨੇ ਤੇ ਮੈਂ ਹੁਣ ਤੁਹਾਨੂੰ ਇਹ ਚ ਮੈਂ ਕਟਿੰਗ ਕਰਕੇ ਦੱਸਦੀ ਆ ਸਾਰੀ ਤੇ ਆ ਦੇਖੋ ਇਦਾਂ ਹੀ ਫੇਰ ਰੱਖ ਲੈਣਾ ਆਪਾਂ ਇਹਨੂੰ ਕੱਪੜੇ ਨੂੰ ਠੀਮੇ ਕਟਿੰਗ ਕਰਨੀਆਂ ਦੇਖੋ ਤੇ ਉਹ ਬੈਕ ਵਾਲਾ ਆਪਾਂ ਨੇ ਪਰੇ ਕਰਤਾ ਦੇਖੋ ਕੋਈ ਵੀ ਆਪਾਂ ਅਲੱਗ ਨਹੀਂ ਨਾ ਕਰਨਾ ਹੈ ਕੁਝ ਵੀ ਬੈਕ ਦਾ ਜਾਂ ਫਰੰਟ ਦਾ ਅਲੱਗ ਕੁਝ ਨਹੀਂ ਕਰਨਾ ਸਿਰਫ ਆਪਾਂ ਫਰੰਟ ਦੀ ਆਹਾ ਵਾਲੀ ਕਾਟ ਪਾਉਣੀ ਆ ਠੀਕ ਆ ਹੁਣ ਆਪਾਂ ਨੇ ਇਹ ਫਰੰਟ ਦੀ ਇਦਾਂ ਬਿਲਕੁਲ ਸੈੱਟ ਰੱਖ ਕੇ ਹੁਣ ਇੱਥੋਂ ਦੇ ਲੈ ਕੇ ਆਪਾਂ ਨੇ ਆਹ ਵਾਲੀ ਫਰੰਟ ਦੀ ਕਾਟ ਪਾ ਦੇਣੀ ਆ ਇਹਦੀ ਆਪਾਂ ਹੁਣ ਕਟਿੰਗ ਕਰਦੇ ਆ ਇੱਥੇ ਦੇਖੇ ਆਪਾਂ ਨੇ ਆਹ ਫਰੰਟ ਦੀ ਵੀ ਇਦਾਂ 1 ਇੰਚ ਦੀ ਕਾਟ ਪਾਤੀ ਆ ਠੀਕ ਆ ਤੇ ਹੁਣ ਆਪਾਂ ਨੇ ਆਹ ਬੈਕ ਤੇ ਨਾਲੀ ਦੋਨਾਂ ਦੀ ਪਾਤੀ ਸੀ ਆ ਕੱਲੇ ਹੁਣ ਫਰੰਟ ਦੀ ਪਾਤੀ ਬੈਕ ਦਾ ਆਪਣਾ ਵਿੱਚੋਂ ਕੱਢਿਆ ਹੋਇਆ ਸੀ ਹੁਣ ਆਪਾਂ ਬੈਕ ਦੇ ਨੂੰ ਫੇਰ ਇਦਾਂ ਕਰਕੇ ਵਿੱਚ ਕਰ ਲੈਣਾ ਇਦਾਂ ਵਿੱਚ ਕਰ ਲੈਣਾ ਮੈਂ ਤੋ ਇੱਕ ਹੱਥ ਨਾਲ ਕਟਿੰਗ ਨਹੀਂ ਨਾ ਕਰ ਹੁੰਦੀ ਹੈਗੀ ਤਾਂ ਵੀ ਫੇਰ ਮੇਰੇ ਇਦਾਂ ਕਟਿੰਗ ਕਈ ਵਾਰੀ ਰਹਿ ਜਾਂਦੀ ਹੈ ਤੇ ਹੁਣ ਮੈਂ ਔਖੀ-ਸੌਖੀ ਜੀ ਕਰਤੀ ਆ ਕਿਉਂਕਿ ਖੱਤ 'ਚ ਮੇਰੇ ਫੋਨ ਫੜਿਆ ਹੁੰਦਾ ਇੱਕ ਹੱਤ ਨਾਲ ਮੈਂ ਕਟਿੰਗ ਕਰਦੀ ਹੁੰਨੀ ਆ ਤੇ ਆ ਦੇਖੋ ਹੁਣ ਇਦਾਂ ਬਣਾ ਫਰੰਟ ਦੀ ਇਦਾਂ ਹੋ ਗਿਆ ਨਾ ਤੇ ਆ ਪਾ ਬੁਕਰਮਾ ਵਾਲੀ ਪਾਵਾਂਗੇ ਗਲੀ ਤੇ ਹੁਣ ਦੇਖੋ ਇਹਦੇ ਵਿੱਚ ਕੀ ਹਲੇ ਕੋਈ ਚੀਜ਼ ਰਹਿ ਗਈ ਹੋਣੀ ਆ ਹਲੇ ਵੀ ਕੁਛ ਨਾ ਕੁਛ ਜੋ ਵੀ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਂ ਹੋਰ ਵੀਡੀਓ ਬਣਾ ਦੂੰਗੀ ਫਿਰ ਉਹਦੇ 'ਚ ਦੱਸ ਦੂੰਗੀ ਤੇ ਹੁਣ ਲੰਬੀ ਹੋ ਗਈ ਬਹੁਤ ਜ਼ਿਆਦਾ ਵੀਡੀਓ ਤਾਂ ਕਰਕੇ ਇਹਦੇ ਬਾਹਾਂ ਦੀ ਕਟਿੰਗ ਰਹਿ ਜਾਂਦੀ ਆ ਤੇ ਬਾਹਵਾਂ ਦੀ ਕਟਿੰਗ ਵੀ ਮੈਂ ਬਹੁਤ ਜਿਆਦਾ ਵੀਡੀਓ ਪਾਈਆਂ ਵੀ ਹੋਈਆਂ ਨੇ ਮੈਂ ਫਿਰ ਹੋਰ ਬਣਾ ਦੂੰਗੀ ਤੇ ਇੱਥੋਂ ਤੇ ਲੈ ਕੇ ਆਪਾਂ ਨੇ ਆਪਦਾ ਮੋਢਾ ਮੈਣ ਲੈਣਾ ਜਿੰਨਾ ਮੋਢਾ ਉਸ ਹਿਸਾਬ ਨਾਲ 1 ਇੰਚ ਜਿਆਦਾ ਆਪਾਂ ਕਪੜਾ ਫੋਲਡ ਕਰ ਲੈਣਾ ਤੇ 9.5 ਤੋਂ 10 ਕਪੜਾ ਫੋਲਡ ਕਰਕੇ ਆਪਾਂ ਨੇ ਕਟਿੰਗ ਦੀਆਂ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਬਾਹਵਾਂ ਦੀ ਕਟਿੰਗ ਦੇਖ ਲਿਓ ਤੇ ਹੋਰ ਡਾਊਟ ਕੋਈ ਮੈਨੂੰ ਯਾਦ ਵੀ ਨਹੀਂ ਆਉਂਦਾ ਹੈਗਾ ਹੁਣ ਕੋਈ ਤੇ ਜੇ ਕੁਝ ਵੀ ਤੁਹਾਨੂੰ ਕੋਈ ਵੀ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਹੋਰ ਬਣਾ ਦੂੰਗੀ ਵੀਡੀਓ ਜੇ ਵਧੀਆ ਲੱਗਦੀ ਹਿੰਦੀ ਤਾਂ ਲਾਈਕ ਜ਼ਰੂਰ ਕਰਦੇ ਆ ਕਰੋ ਸਮਝ ਲਗੀ ਤਾਂ ਮੈਨੂੰ ਦੱਸ ਦਿਓ ਨਾ ਲਗੀ ਤਾਂ ਮੈਨੂੰ ਦੱਸ ਦਿਓ ਹਾਂਜੀ ਧੰਨਵਾਦ ਜੀ